ਸੋ ਜੀ ਸਤਿ ਸ਼੍ਰੀ ਅਕਾਲ ਸਾਰੇ ਵੀਰ ਭਰਾਵਾਂ ਨੂੰ। ਅੱਜ ਪਹੁੰਚਿਆ ਜੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪਿੰਡ ਭੁੱਲਰ, ਜੋ ਕਿ ਬਹੁਤ ਹੀ ਮਸ਼ਹੂਰ ਬਾਬਾ ਜੀ ਪੁੰਨੂ ਭੁੱਲਰ ਉਹਨਾਂ ਦਾ ਪਿੰਡ ਹੈ। ਸੋ ਅੱਜ ਘਰ ਪਹੁੰਚੇ ਆਪਾਂ ਸਰਦਾਰ ਗੁਰਲਾਲ ਸਿੰਘ ਜੀ, ਉਹਨਾਂ ਨੂੰ ਬਹੁਤ ਸ਼ੌਕ ਹੈ ਜੀ ਕਬੂਤਰਾਂ ਦਾ, ਘੋੜਿਆਂ ਦਾ, ਬੱਤਕਾਂ, ਪਤਾ ਨਹੀਂ ਕੀ ਕੀ ਚਿੜੀਆ ਘਰ ਹੀ ਬਣਾ ਛੱਡਿਆ। ਸੋ ਥੋੜ੍ਹੀ ਜਿਹੀ ਗੱਲਬਾਤ ਆਪਾਂ ਸਟਾਰਟ ਕਰਦੇ ਹਾਂ। ਉਹ ਕਹਿੰਦੇ ਸੀ ਵੀ ਜ਼ਿਆਦਾ ਗੱਲਬਾਤ ਨਹੀਂ ਕਰ ਸਕਦੇ, ਥੋੜ੍ਹੀ ਜਿੰਨਾ ਕੁ ਸਵਾਲ ਆ ਉਹਨਾਂ 'ਚ ਪੁੱਛੋ। ਸੋ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸਾਰਿਆਂ ਨੂੰ। ਸ਼ੁਰੂਆਤ ਕਰਾਂਗੇ ਜੀ ਆਪਾਂ, ਸਭ ਤੋਂ ਪਹਿਲਾਂ ਬਹੁਤ ਛੋਟੀ ਬਾਜੀ, ਪੰਜਾਬ ਦੀ ਬਹੁਤ ਛੋਟੀ ਬਾਜੀ ਹੋਈ ਹੈ ਜਿਹ 'ਚ ਫੋਰ ਟਰੈਕਟਰ ਨਾਮ ਸੀ, ਉਹ ਤੁਸੀਂ ਜਿੱਤਿਆ, ਜਿਹਦੇ 'ਚ 5 ਹੀ ਕਬੂਤਰ ਉੱਡੇ ਸੀ। 50,000 ਰੁਪਇਆ ਇੱਕ ਕਬੂਤਰ ਦੀ ਐਂਟਰੀ ਫੀਸ ਸੀ ਅਤੇ ਫੋਰ ਟਰੈਕਟਰ ਨਾਮ ਸੀ। ਉਹ 5 ਕਬੂਤਰ ਉੱਡੇ ਸੀ ਉਸ ਬਾਜੀ ਦੇ ਵਿੱਚ। ਸੋ ਜੀ ਜਿਹੜੀ ਉਹ ਬਾਜੀ ਉੱਡੀ ਸੀ ਉਹ ਫਤਿਹ ਕੇਰੇ ਉੱਡੀ ਸੀ। ਬੜੇ ਲੋਕਾਂ ਨੂੰ ਗੱਲਾਂ ਵੀ ਹੋਈਆਂ ਕਲੱਬਾਂ ਦੇ ਵਿੱਚ ਕਿ ਉਹ ਤਾਂ ਜੀ ਇੱਕ ਛੋਸ਼ਾ ਸੀਗਾ, ਉਹ ਬੜੇ ਤਕੜੇ ਘਰੋਂ ਹੈ, ਉਹਨਾਂ ਨੇ ਆਪ ਹੀ ਬਾਜੀ ਕਰਾ ਲਈ, ਆਪ ਹੀ ਟਰੈਕਟਰ ਜਿੱਤ ਲਿਆ। ਅੱਜ ਉਸ ਬਾਜੀ ਬਾਰੇ ਸਾਨੂੰ ਗੱਲ ਪੂਰੀ ਡਿਟੇਲ ਨਾਲ ਦੱਸੋ ਕਿ ਉਹ ਬਾਜੀ ਕਿਵੇਂ ਰੱਖੀ ਗਈ, ਕਿਹਨੇ ਉਹ ਨਾਮ ਦਿੱਤਾ ਸੀ, ਉਹਦੇ ਬਾਰੇ ਜ਼ਰੂਰ ਸਾਨੂੰ ਦੋ ਗੱਲਾਂ ਦੱਸੋ ਤਾਂ ਕਿ ਸਾਰੇ ਜਿੰਨੇ ਪੰਜਾਬ ਵਾਸੀ ਆ ਜਾਂ ਬਾਹਰ ਰਹਿੰਦੇ ਆ ਉਹਨਾਂ ਨੂੰ ਪਤਾ ਲੱਗੇ ਉਸ ਗੱਲ ਦਾ। ਉਹ ਬਾਜੀ ਹੋਈ ਸੀ ਬਈ 5 ਕਬੂਤਰਾਂ ਦੇ ਆਪਣੇ ਪੈਸੇ ਲੱਗੇ ਸੀਗੇ ਜੀ, 51,000 ਰੁਪਇਆ ਜੀ, ਤੇ ਸੰਦੀਪ ਸੀ ਕੈਨੇਡਾ ਤੋਂ ਆਪਣਾ ਵੀਰ ਜੀ, ਉਹਦੇ ਪੈਸੇ ਲੱਗੇ ਸੀ। ਉਹਦੀ ਜਗ੍ਹਾ ਤੇ ਆਪਾਂ ਕਬੂਤਰ ਛੱਡੇ ਸੀ, ਇੱਕ ਗਰਲਾਲ ਦੇ ਤਾਏ ਦੇ ਘਰੋਂ ਛੱਡਿਆ ਸੀਗਾ ਜੀ, ਇੱਕ ਆਪਣੇ ਘਰੋਂ ਕਬੂਤਰ ਸੀਗਾ ਜੀ, ਤੇ ਜਿਹੜਾ ਪੰਕਜ ਯੂਪੀ ਸੀ, ਸੌਰਵ ਯੂਪੀ, ਉਹਨਾਂ ਦੇ ਪੈਸੇ ਲੱਗੇ ਸੰਦੀਪ ਕੈਨੇਡਾ ਨਾਲ। ਸੰਦੀਪ ਕੈਨੇਡਾ ਦੇ ਘਰੇ ਕਬੂਤਰ ਹੈ ਨੀਗੇ ਜੀ, ਉਹ ਸੰਦੀਪਾਂ ਦਾ ਬਈ ਕਬੂਤਰ ਚੱਲ ਤੂੰ ਛੱਡੂ, ਫੌਜੀ ਛੱਡੂ, ਆ ਸਬਟਰ ਵਾਲਾ ਦੇ ਘਰੋਂ। ਉਹਨੇ ਦੋ ਖੁੱਡੇ ਲਿਖਾਤੇ ਸੀ, ਇੱਕ ਮੇਰਾ ਤੇ ਇੱਕ ਤਾਏ ਦਾ ਜੀ, ਦੋਵਾਂ ਘਰਾਂ 'ਚ ਬਈ ਸਾਡੇ ਦੋ ਕਬੂਤਰ ਹੋ ਜਾਣਗੇ। ਦੋ ਸੰਦੀਪ ਕੇ, ਦੋ ਕਬੂਤਰ ਹੋ ਗਏ ਤੇ ਦੋ ਹੀ ਪੰਕਜ ਯੂਪੀ ਦੇ ਸੀਗੇ, ਇੱਕ ਸੀ ਗਗਨ ਸੰਧੂ ਕੈਨੇਡਾ ਦਾ ਕਬੂਤਰ ਜੀ। ਇਹ 5 ਕਬੂਤਰ ਉੱਡਿਆ, ਉੱਥੇ ਲੱਖ ਲੱਖ ਰੁਪਇਆ ਵੱਖਰਾ ਵਾਧਾ ਲੱਗਿਆ, ਇਹ 'ਚ ਵਾਧਾ ਵੀ ਲੱਗਿਆ, ਵਾਧਾ ਲੱਗਿਆ ਤਿੰਨਾਂ ਕਬੂਤਰਾਂ ਦਾ ਲੱਖ ਲੱਖ ਰੁਪਇਆ ਵਾਧਾ ਸੀਗਾ। ਤੇ ਉਹ ਜਿਹਦੇ ਬਾਜੀ ਸੁਬਹਾ ਛੁੱਟਦੀ ਆ ਲੈਬ ਬਾਈ ਚੱਲੀ ਆ ਜੀ, ਉਹ ਸੁਬਹਾ 2.5 ਲੱਖ ਰੁਪਇਆ ਵਾਧਾ ਦੇ ਯੂਪੀ ਵਾਲੇ ਵੀ ਸਾਨੂੰ ਨਾਲ ਲਾਉਣਾ ਜੀ, ਵੀ ਬਹੁਤ ਬੰਦੇ ਸੀ ਉੱਥੇ, ਅਸੀਂ ਵੀ 2.5 ਲੱਖ ਨਹੀਂ ਲਾ ਸਕਦੇ, 1 ਲੱਖ ਰੁਪਇਆ ਲਾ ਸਕਦੇ ਹਾਂ ਜੀ, ਅਸੀਂ 1 ਲੱਖ ਰੁਪਇਆ ਕਬੂਤਰ ਦੇ ਵਾਧਾ ਲਾ ਲਓ। ਅਸੀਂ ਪਿੰਜਰੇ ਬੰਦ ਤੇ ਲਾਇਆ ਸੀਗਾ, ਉਹਨਾਂ ਨੇ ਸਾਡੇ ਬੱਚੇ ਤੇ ਲਾਇਆ, ਅਸੀਂ ਉਹਨਾਂ ਦੀ ਕਬੂਤਰੀ ਲਾਇਆ, ਘੰਟ ਸੀ ਉਹਨਾਂ ਦੀ ਕਬੂਤਰੀ ਦਾ ਪੂੰਜਾ ਸੀਗਾ ਜੀ। ਚੱਲ ਪੈਸੇ ਲਾ ਗਏ, ਪੈਸੇ ਉਹਨਾਂ ਨੇ ਫੜਾਤੇ ਸਾਨੂੰ, ਤੇ ਓਲੇ ਦਿੱਤੇ ਉਹਨਾਂ ਦੀ ਕਬੂਤਰੀ, ਹਵਾ ਚੱਲਦੀ ਸੀ ਓਲੇ ਤੇ ਤੁਰ ਗਈ ਜੀ, ਨਾਲੇ ਪਿੰਡ ਜਾ ਵੜੀ, ਟਾਈਮ ਲਾਤਾ, ਉੱਥੋਂ ਫੇਰ ਮੁੜੇ ਸ਼ਾਮਲ ਹੋ ਗਈ ਆ ਕੇ। ਉਹ ਮਗਰ ਬੈਠਾ ਬੈਠਾ ਮੈਂ 30,000 ਰੁਪਇਆ ਹੋਰ ਵਾਧਾ ਲਵਾ ਦੇ ਮੇਰਾ ਫੌਜੀ ਆ ਸਬਟਰ ਵਾਲੇ ਨਾਲ ਜੀ, ਅਸੀਂ 30,000 ਹੋਰ ਲਾਤਾ ਜੀ। ਉਹ 30,000 ਰੁਪਇਆ ਵੀ ਅਸੀਂ ਮਗਰ ਟਾਈਮ ਲਾਇਆ, ਜਦੋਂ ਕਬੂਤਰੀ ਫਿਰ ਤੁਰ ਗਈ, ਉਹ ਜਾਵੜੀ ਨਾਲ ਮਿੱਡੂ ਖੇੜਾ ਪਿੰਡ ਆ ਉੱਥੇ ਜਾਵੜੀ ਸੀਗੀ ਜੀ, ਉਹ ਟਾਈਮ ਚ ਕੱਟੀ ਗਈ, ਵਾਧਾ ਹੀ ਜਿੱਤ ਲਿਆ ਸੀ, ਮਤਲਬ 9:30 ਨੂੰ ਵਾਧਾ ਜਿੱਤ ਲਿਆ ਸੀ ਸਾਰੇ ਸੁਭਾਈ। ਹਾਂ ਜੀ, ਕਬੂਤਰੀ ਤੁਰ ਗਈ ਸੀਗੀ। ਉਦੋਂ ਬਾਅਦ ਉਹਨਾਂ ਦਾ ਰਹਿ ਗਿਆ ਸੀ ਕਾਲੇ ਡੰਡਿਆਂ ਵਾਲਾ ਕਬੂਤਰ ਜੀ, ਉਹ ਮਗਰ ਸਾਨੂੰ ਆਉਂਦੀ 30,000 ਰੁਪਇਆ ਵਾਧਾ ਹੋਰ ਲਾ ਲਓ ਕਾਲੇ ਡੰਡਿਆਂ ਵਾਲੇ ਕਬੂਤਰ ਤੇ। ਮੈਂ ਤਾਂ ਇਹ ਕਿਵੇਂ ਕਰਨਾ ਜੀ, ਇਹ ਨਾ ਵੇਖ ਲੈ ਜੇ ਵਾਧਾ ਲੈ ਜਿੱਤੀ ਬੈਠੇ ਆਪਾਂ ਇੰਨਾ ਪੈਸਾ ਜਿੱਤ ਲਿਆ ਤੇ ਲਾਲਾ ਕੁਛ ਨਹੀਂ ਹੁੰਦਾ ਜੀ। ਮੈਂ ਫਿਰ ਕਿਹੜੀ ਤੇ ਲਾਉਣਾ, ਇਹ ਮੇਰੇ ਵਾਲੀ ਕਬੂਤਰੀ ਤੇ ਲਾ ਦੇ ਜੀ, 30,000 ਵਾਧਾ ਉਹ ਲਾਤਾ ਜੀ। ਅਸੀਂ ਮਤਲਬ 2.25 ਕੁ ਕਬੂਤਰ ਬਹਿ ਗਿਆ ਜੀ ਟਾਵਰ ਤੇ, ਅਸੀਂ ਉਹ 30,000 ਰੁਪਇਆ ਉਹ ਜਿੱਤ ਲਿਆ ਵਾਧਾ ਜੀ। ਮਗਰ ਉਹ ਕਬੂਤਰ ਰਹਿ ਗਏ ਸੀ ਗਗਨ ਸੰਧੂ ਕੈਨੇਡਾ ਦਾ ਤੇ 2 ਸਾਡੇ ਰਹਿ ਗਏ ਸੀ ਜੀ। ਉਹ ਗਗਨ ਸੰਧੂ ਕੈਨੇਡਾ ਦਾ ਯਾਰ ਬਾਜੀ ਕਰ ਲਓ, ਤੇ ਮੈਂ ਤਾਏ ਨੂੰ ਪੁੱਛਿਆ ਤਾਇਆ ਕਿਵੇਂ ਕਰਨੀ ਆ, ਨਹੀਂ ਕਰਨੀ ਆ, ਮੇਰੀ ਕਬੂਤਰੀ 7 ਵਜੇ ਬੈਠੂਗੀ। ਮੈਂ ਜੇ ਤੇਰੀ 7 ਵਜੇ ਬੈਠੂ ਤਾਇਆ ਫਿਰ ਆਪਣੀ ਵੱਡੂ ਬੱਚਾ, ਮੇਰਾ ਬੱਚਾ ਇਸ ਚੀਕਦਾ ਜੀ।
ਚੱਲ ਗਗਨਾਂ ਦਾ ਯਾਰ ਬਈ ਕਰ ਲਓ ਸਾਨੂੰ ਨਾਮ ਆਏ ਦੇ ਦਿਓ ਨਾਮ ਸਾਰਿਆਂ ਨੂੰ ਪਹਿਲੇ ਨੂੰ, ਅਸੀਂ ਆਖਿਆ ਨਹੀਂ ਕਰਨੀ ਯਾਰ, ਤੇ ਆਈ ਮੇਰਾ ਭਰਾ ਉਹ ਨੇ ਨਹੀਂ ਕਰਨੀ ਬਾਜੀ ਯਾਰ, ਤੂੰ 7 ਵਜੇ ਭਾਵਾਂਗਾ ਜਿੰਨੀ ਮਰਜ਼ੀ ਗਰਮੀ ਪੈ ਜਾਵੇ ਜੀ। ਚੱਲ 2:45 ਉਹਨਾਂ ਦਾ ਕਬੂਤਰ ਹੀ ਪੈ ਗਿਆ, ਆਪਣੇ ਤੇ ਟਾਈਮ ਲੱਗ ਗਿਆ 1 ਮਿੰਟ ਰਹਿੰਦਾ ਸੀ ਟਾਈਮ ਦਾ, ਤੇ ਆਪਣੇ ਕਬੂਤਰ ਨਹੀਂ ਦਿਸੇ ਸਾਨੂੰ ਕੋਈ ਜੀ। ਤੇ ਉਹ ਕਾਪੀ ਵਾਲਾ ਜਿਹੜਾ ਕਾਪੀ ਤੇ ਖੜਾ ਮੁੰਡਾ ਪ੍ਰਦੀਪ ਫਤਿਹਗੜ੍ਹ ਤੋਂ, ਤੇ ਇੱਕ ਸੀ ਬਾਈ ਸੁਖਜਿੰਦਰ ਜੈ ਸਿੰਘ ਵਾਲਾ ਜੀ, ਉਹ ਆਉਂਦਾ ਯਾਰ ਫੌਜੀ ਦੇ ਕਬੂਤਰ ਆ ਗਏ ਤਾਂ ਤੋਂ ਜੀ। ਉਹਨਾਂ ਬਈ ਹਾਲੇ ਟਰੈਕਟਰ ਦਾ ਕਿਸੇ ਨੂੰ ਦਿਓ ਨਾ ਕਬੂਤਰ ਆ ਗਏ ਤਾਂ ਤੋਂ, ਜਦੋਂ ਕਬੂਤਰ ਵੇਖਿਓ ਕਬੂਤਰ ਹੀ ਆ ਗਈ ਤਾਏ ਵਾਲੀ ਤਾਂ ਤੋਂ ਜੀ। ਚੱਲ ਬਈ ਉਹਨਾਂ ਨੇ ਕਹਿਤਾ ਬਈ ਤਾਏ ਦਾ ਟਰੈਕਟਰ ਬਣ ਗਿਆ, ਉੱਤੇ ਮੇਰੇ ਵਾਲਾ ਬੱਚਾ ਆ ਗਿਆ ਜੀ। ਉਹਨਾਂ ਨੇ ਫਿਰ ਤਾਏ ਨੂੰ ਮੈਂ ਤਾਂ ਕਿਵੇਂ ਕਰਨੀ, ਇਹਦਾ ਆਪਣੇ ਕਬੂਤਰ ਆ ਕੇ ਪਾ ਲੈਂਦੇ ਹਾਂ ਆਪਾਂ ਜੀ। ਉਹ ਟਰੈਕਟਰ ਫਿਰ ਅਸੀਂ ਟਰੈਕਟਰ ਵੀ ਜਿੱਤਿਆ, ਫਰਿੱਜ ਵੀ ਜਿੱਤੀ ਆ, ਵਾਸ਼ਿੰਗ ਮਸ਼ੀਨ ਵੀ ਜਿੱਤੀ ਆ ਜੀ, ਐਲਈਡੀ ਵੀ ਜਿੱਤੀ ਆ, ਕੂਲਰ ਵੀ ਜਿੱਤਿਆ, ਤੇ ਸੋਨੇ ਦੀਆਂ ਠੱਲਾਂ ਵੀ ਜਿੱਤੀਆਂ, ਤੇ 2 ਸ਼ੀਲਡਾਂ ਜਿੱਤੀਆਂ ਜੀ ਉਸ ਦਿਨ। ਪਹਿਲਾਂ ਤਾਂ ਸਾਡੇ ਕਬੂਤਰ ਬੈਠੇ ਆ, ਤੂੰ ਲਾਲਾ ਸਾਹਿਬ ਵਿੱਚ ਚੀਕ ਦਾ ਬੱਚਾ ਸੀਗਾ, ਸਾਡਾ ਕਬੂਤਰ ਰਾਤ ਨੂੰ ਡਿੱਗਿਆ ਜੀ, ਨਹੀਂ ਤਾਂ ਜਿਹੜੇ ਬੰਦੇ ਇੱਥੋਂ ਗਏ ਸੀ ਉਹਨਾਂ ਨੂੰ ਪਤਾ ਕਬੂਤਰੀ ਮਿਲੀ, ਕਬੂਤਰੀ ਮਿਲੀ ਜੀ। ਇਹਨਾਂ ਨੇ ਸਵਾਲ ਬਾਈ ਜੀ, ਸ਼ਾਇਦ ਤੁਹਾਨੂੰ ਨਹੀਂ ਪਤਾ ਹੋਣਾ, ਮੇਰਾ ਪੁੱਛਣ ਦਾ ਸਭ ਤੋਂ ਪਹਿਲਾ ਹੀ ਸਵਾਲ ਤੁਹਾਨੂੰ ਇਹ ਸੀ ਕਿ ਗਰੁੱਪਾਂ ਦੇ ਵਿੱਚ ਜਾਣਾ ਬੜੀਆਂ ਗੱਲਾਂ ਚੱਲੀਆਂ ਸੀ, ਉਹ ਤਾਂ ਬਈ ਚੱਲੀਆਂ। ਉਹ ਸਵਾਲ ਕੀ ਸੀ ਵੀ ਜਿੰਨੇ ਵੀ ਕਲੱਬ ਹੈ ਨਾ ਆਪਣੇ ਮੁਕਤਸਰ ਦੇ ਜਾਂ ਹੋਰ ਆਸੇ ਪਾਸੇ ਦੇ, ਉਹ ਕਹਿੰਦੇ ਵੀ ਸਵਾਦ ਤਾਂ ਆਉਂਦਾ ਜੇ ਇਹਨਾਂ ਕਲੱਬਾਂ 'ਚ ਬਾਜੀ ਛੱਡ ਕੇ ਉਹ ਜਿੱਤਦੇ। ਅਗਲੇ ਦਿਨ ਮੈਂ ਇੱਕ ਮਿੰਟ ਮੇਰੀ ਗੱਲ ਪੂਰੀ ਕਰ ਲਿਆ, ਪਰ ਇੱਥੇ ਆ ਕੇ ਜਿਹੜੀ ਆਪਾਂ ਨੂੰ ਗੱਲ ਦਾ ਪਤਾ ਲੱਗਿਆ ਹੈ ਨਾ ਕਿ ਉਹ ਇੱਕ ਤੁਹਾਡੇ ਕਿਸੇ ਨਾਲ ਅੜੀ ਫਸੀ ਚ ਉਹ ਅਣਫਸ ਬਾਜੀ ਲੱਗੀ ਸੀ, ਠੀਕ ਹੈ ਜੀ। ਸੋ ਦੋਸਤੋ, ਪੰਜਾਬ ਦੀ ਸਭ ਤੋਂ ਘੱਟ ਕਬੂਤਰਾਂ ਵਾਲੀ ਬਾਜੀ ਆ ਜੋ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਬਾਰਡਰ 'ਤੇ ਪੈਂਦੇ ਪਿੰਡ ਫਤਿਹਕੇਰੇ ਉੱਡੀ ਸੀ, ਜਿਹਦੇ 'ਚ 5 ਕਬੂਤਰਾਂ ਨੇ ਹਿੱਸਾ ਲਿਆ ਸੀ, 2 ਬਾਈ ਉਹਨਾਂ ਦੇ ਘਰੋਂ ਸੀ ਅਤੇ 1 ਕਬੂਤਰ ਹੋਰ ਕਿਹਦਾ ਸੀ, ਗਗਨ ਸੰਧੂ, ਅਤੇ 2 ਯੂਪੀ ਵਾਲਿਆਂ ਦੇ ਪੰਕਜ ਸੌਰਭ ਦਾ, ਪੰਕਜ ਅਤੇ ਸੌਰਭ ਦਾ। ਸੋ ਆਹ ਕਾਰਨ ਸੀ ਬਾਈ ਜੀ ਉਹ ਬਾਜੀ ਛੱਡਣ ਦਾ, ਕਿਉਂਕਿ ਬਹੁਤ ਕਲੱਬ ਕਹਿੰਦੇ ਸੀ ਸਵਾਦ ਤਾਂ ਆਉਂਦਾ ਜੀ ਜੇ ਇੱਥੇ ਵੱਡੇ ਖਿਡਾਰੀਆਂ 'ਚ ਕਬੂਤਰ ਛੱਡ ਕੇ ਟਰੈਕਟਰ ਜਿੱਤਦੇ, ਹੈ ਨਾ। ਸੋ ਬਹੁਤ ਵੱਡੀ ਗੱਲ ਹੈ ਵੀ ਇੰਨੀ ਛੋਟੀ ਬਾਜੀ 'ਚ ਬਾਈ ਇਨਾਮ ਜਿਹੜੇ ਰੱਖਿਆ ਸੀ ਉਹ ਆਪਣੀ ਪਾਰਟੀ ਦਾ ਬੰਦਾ ਸੀ ਜਾਂ ਸੌਰਭ ਹੋਰ ਸੀ, ਅਲੱਗ ਅਲੱਗ ਸੀ ਉਹ, ਅਲੱਗ ਅਲੱਗ ਬਾਹਰਲੇ ਮੁੰਡੇ ਸਾਰੇ ਉਹਨਾਂ ਨੇ ਦਿੱਤੇ ਆ ਜੀ ਜੀ, ਜਿਹੜੇ ਹੁਣ ਪੰਕਜ ਯੂਪੀ ਆ ਸੌਰਭ ਜੀ ਉਹਨਾਂ ਨੇ ਦਿੱਤੇ, ਦੂਜੇ ਨਾਮ ਫਰਿੱਜ, ਵਾਸ਼ਿੰਗ ਮਸ਼ੀਨ, ਕੂਲਰ, ਉਹ ਦੂਜੇ ਨਾਮ ਉਹਨਾਂ ਦੇ ਜਿਹੜੇ ਟਰੈਕਟਰ ਸੀ ਜੀ, ਉਹ ਗਗਨ ਸੰਧੂ ਕਨੇਡਾ ਸੀ ਜੀ, ਸੰਦੀਪ ਕਨੇਡਾ ਸੀ ਜੀ, ਤੇ ਫੌਜੀ ਘੁਮਿਆਰੇ ਵਾਲਾ ਸੀ ਇੱਕ ਜੀ, ਇੱਕ ਸੀਗਾ ਜਸਪ੍ਰੀ ਮਲੇਸ਼ੀਆ ਜੀ, ਇਹਨਾਂ ਨੇ ਦਿੱਤਾ ਸੀ ਟਰੈਕਟਰ ਜੀ, ਦੂਜੇ ਨਾਮ ਸੀ ਉਹ ਜਿਹੜੇ ਪੰਕਜ ਗਿਆ ਨੇ ਦਿੱਤੇ ਸੀ, ਪੰਕਜ ਗਿਆ, ਹਾਂ ਠੀਕ ਹੈ ਜੀ। ਸੋ ਆਹ ਉਹ ਬਾਜੀ ਦੀ ਮੇਨ ਜਿਹੜੀ ਆ ਕਹਾਣੀ ਹੈ, ਕਿਉਂਕਿ ਇਹ ਗੱਲਾਂ ਬਹੁਤ ਸੁਣਨ ਨੂੰ ਮਿਲਦੀਆਂ ਸੀਗੀਆਂ, ਹੈ ਨਾ। ਦੂਜਾ ਬਾਈ ਨਾਲ ਬੈਠੇ ਚਾਹ ਪੀਂਦੇ ਗੱਲਬਾਤ ਹੋਈ ਸੀ, ਜਿਹੜੀ ਰਹੀ ਗੱਲ ਕਲੱਬਾਂ ਦੀ, ਐਤਕੀ ਜਿਹੜੇ ਵੱਡੇ ਕਲੱਬ ਹੈ ਜੀ, ਸੱਜੇ ਪਾਸੇ ਆਪਣੇ ਖਿੜਕੀਆਂ ਵਾਲਾ ਕਲੱਬ ਹੈ, ਖੱਬੇ ਪਾਸੇ ਆਪਣੇ ਨੈਬ ਹਰਾਸ ਦਾ, 2 ਨਾਲ ਨਾਲ ਹੀ ਕਲੱਬ, ਬਹੁਤ ਵੱਡੇ ਕਲੱਬ ਹੈ, ਹੈ ਨਾ। ਤੀਜਾ ਕਲੱਬ ਬਾਬਾ ਚੰਨਾ ਖੁੱਡੀਆਂ, ਹਾਂਜੀ। 3 ਮੁਕਤਸਰ ਸਾਹਿਬ ਦੇ ਮੇਨ ਆ ਗਏ ਜੀ, ਬਾਕੀ ਚਲੋ ਠਾੜ ਵਾਲੇ ਤਾਂ ਬਹੁਤ ਕਲੱਬ ਹੈਗੇ ਆ, ਸਾਰਿਆਂ 'ਚ ਹੋਣਗੇ। ਇਹਨਾਂ ਕਲੱਬਾਂ 'ਚ ਆਪਾਂ ਕੋਈ ਐਂਟਰੀਆਂ ਕਰਾਈਆਂ ਬਈ? ਨੈਬ ਹਰਾਜਾਂ ਵਾਲੇ ਕਲੱਬ 'ਚ ਆਪਾਂ ਹੈਗੇ ਕਰਾਈਆਂ, ਦੋਵੇਂ ਐਂਟਰੀਆਂ 6200 ਵਾਲੀਆਂ ਤੇ 5200 ਵਾਲੀ 'ਚ ਵੀ ਆ ਜੀ, ਤੇ ਜਿਹੜੀਆਂ ਉਹਨਾਂ ਨੇ 3200 ਵਾਲੀਆਂ ਤੇ 2200 ਵਾਲੀਆਂ 5 ਬਾਈਆਂ ਰੱਖਾਂ ਉਹਨਾਂ 'ਚ ਵੀ ਆ ਜੀ, ਤੇ ਬਾਈ ਉਸਤਾਦ ਮੂਸ਼ਮੂਲ ਵਾਲੀਆਂ ਜਿਹੜੀਆਂ ਬਾਜੀਆਂ ਕਰਾਈਆਂ ਉਹਨਾਂ 'ਚ ਵੀ ਕਬੂਤਰ ਛੱਡਾਂਗੇ ਜੀ, ਜੈ ਸਿੰਘ ਵਾਲੇ ਜੀਪ ਵਾਲੀ ਬਾਜੀ ਹੋਣੀ ਉਹ 'ਚ ਵੀ ਕਬੂਤਰ ਆਪਣਾ ਜੀ, ਚੰਦ ਨਵੇਂ ਜੀਪ ਵਾਲੀ ਬਾਜੀ ਉਹ 'ਚ ਵੀ ਆਪਣਾ ਕਬੂਤਰ ਜੀ, ਕੁੱਲ ਮਿਲਾ ਕੇ ਸਾਰੀਆਂ ਵੱਡੀਆਂ ਬਾਜੀਆਂ ਵੀ ਆ। ਲਓ ਜੀ ਦੋਸਤੋ, ਬਾਈ ਹੋਰਾਂ ਨੇ ਆ ਵੀ ਗੱਲ ਦੂਰ ਕਰਤੀ ਹੈ, ਜਿਹੜੀ ਆਪਾਂ ਨੂੰ ਬਾਈ ਨੇ ਇੱਕ ਨੇ ਕਿਹਾ ਸੀ ਵੀ ਸਵਾਲ ਜ਼ਰੂਰ ਪੁੱਛਿਓ, ਹੈ ਨਾ। ਅਤੇ ਸਾਰੇ ਕਲੱਬਾਂ 'ਚ ਬਾਈ ਹੋਰਾਂ ਦੀਆਂ ਐਂਟਰੀਆਂ ਜੀ, ਐਤਕੀ ਜਿੰਨੀਆਂ ਵੱਡੀਆਂ ਬਾਜੀਆਂ ਹੋਣਗੀਆਂ ਸਾਰਿਆਂ 'ਚ ਕਬੂਤਰ ਉੱਡਣਗੇ।
ਸੋ ਚਲੋ ਇਹ ਤਾਂ ਰਹੀ ਬਾਜ਼ੀਆਂ ਦੀ ਗੱਲ, ਹੁਣ ਆਪਾਂ ਗੱਲਬਾਤ ਸਟਾਰਟ ਕਰਦੇ ਹਾਂ ਆਪਣੀ ਜਿਹੜੀ ਮੇਨ ਹੁੰਦੀ ਹੈ। ਕਿੱਥੋਂ ਆਪਾਂ ਨੂੰ ਸ਼ੌਂਕ ਲੱਗਿਆ ਜੀ ਕਬੂਤਰਾਂ ਦਾ? ਮੇਨ ਸ਼ੌਂਕ ਇੱਕ ਤਾਂ ਪਹਿਲਾਂ ਜੀ ਬਾਬੇ ਪੁੰਨੂ ਵੇਲੇ ਜੀ, ਫਿਰ ਸਾਂਝ ਚੋਂ ਛੱਡ ਤੇ ਜੀ, ਫਿਰ ਹੁਣ 4 ਸਾਲਾਂ ਦਾ ਫਿਰ ਦੁਬਾਰਾ ਰੱਖੇ, ਦੁਬਾਰਾ ਪੂਲੀ ਵਾਲਾ ਨਹੀਂ ਜਿੱਦਾਂ ਜਾਦੂ ਸੀਗਾ ਜੀ, ਉਹਦੇ ਨਾਲ ਆਪਣਾ ਤਾਲਮੇਲ ਸੀਗਾ ਜੀ, ਉਹਨੇ ਇੱਥੇ ਖਿੜਕੀਆਂ ਵਾਲੇ ਛੱਡੀ ਜੀ, ਬਾਜੀ ਤੂੰ ਆਪਣੇ ਕੋਲ ਇੱਥੇ ਆਣ ਕੇ ਰਿਹਾ ਜੀ, ਤੇ ਉਹ ਆਂਦਾ ਵੀ ਤੂੰ ਵੀ ਰੱਖ ਲਾ ਜੀ, ਉਹ ਮੈਂ ਬੇਟੇ ਨਾਲ ਕਰਿਆ ਮੱਕ ਰੱਖ ਲਈਆ ਤਾਂ ਵੀ ਲਾਇਆ ਉਹਨੇ, ਅਸੀਂ ਦੋਵੇਂ ਜਾਣੇ ਇੱਥੋਂ ਗਏ ਉਹਦੇ ਕੋਲੇ, ਆਂਦਾ ਵੀ ਤੁਸੀਂ ਆਇਓ ਜੋ ਮੇਰੇ ਕੋਲੇ, ਜਦੋਂ ਅਸੀਂ ਉਹਦੇ ਕੋਲੇ ਗਏ ਉਹਨੇ ਨਾ ਸਾਨੂੰ ਖੁੱਡਾ ਖੋਲ ਜੀ, ਵੀ ਜਿਹੜੇ ਤੁਹਾਨੂੰ ਚੰਗੇ ਲੱਗਦੇ ਤੁਸੀਂ ਆਪਦੇ ਫੜ ਦਿਓ, ਅਸੀਂ ਕਿਹਾ ਯਾਰ ਸਾਨੂੰ ਅਜੇ ਤਜਰਬਾ ਘੱਟ ਆ ਤੂੰ ਆਪਦੀ ਮਰਜ਼ੀ ਨਾਲ ਫੜ ਕੇ, ਉਹਨੇ ਫਿਰ ਸਾਨੂੰ 4 ਜੋੜੀਆਂ ਰਲਾ ਕੇ ਦਿੱਤੀਆਂ ਜੀ, 4 ਕਬੂਤਰ ਨੇ ਦਿੱਤੀਆਂ 4 ਜੀ, ਫਿਰ ਉੱਥੋਂ ਫਿਰ ਸਾਡਾ ਕੰਮ ਕਰ ਪਿਆ, ਫਿਰ ਸਾਡਾ ਤਾਲਮੇਲ ਫੌਜੀ ਨਾਲ ਹੋ ਗਿਆ ਜੀ, ਫਿਰ ਇੱਧਰ ਬਾਈ ਨਾਲ ਹੋ ਗਿਆ, ਫਿਰ ਇੱਧਰ ਲਿਬਾਈ ਨਾਲ ਹੋ ਗਿਆ, ਹੁਣ ਸਾਡਾ ਤਾਲਮੇਲ ਸਾਰਿਆਂ ਦਾ ਇੱਕ ਆ ਜੀ। ਬਾਬਾ ਜੀ ਪੁੰਨੂ ਨਾਲ ਕਦੇ ਗਏ ਹੋ ਬਾਜ਼ੀਆਂ ਤੇ? ਬਾਜ਼ੀਆਂ ਤੇ ਬਾਈ ਗਿਆ, ਮੈਂ ਘੱਟ ਗਿਆ, ਮੈਂ ਬਾਜ਼ੀਆਂ ਤੇ ਕੁਛ ਬਾਜ਼ੀਆਂ ਤੇ ਗਿਆ ਜੀ, ਅਸੀਂ ਤਾਂ ਖੁੱਡੇ ਸੁੰਬਰ ਜਿਹੜੇ ਛੋਟੇ ਹੁੰਦੇ ਵਿੱਚ ਛੋਟਾ ਹੀ ਸਮਾਂ 14-8 ਸਾਲ ਦਾ ਹੁੰਦਾ ਜੀ, ਉਦੋਂ ਇੱਥੇ ਬਾਬੇ ਪੁੰਨੂ ਦੇ ਖੁੱਡੇ ਦੇ ਵਿੱਚ ਵੀ ਉਹਦੇ ਨਾਲ ਸੀ, ਉਹ ਘਰੇ ਸੰਭਾਲਦਾ ਸੀ, ਇੱਕ ਝਗੜੂ ਹੁੰਦਾ ਸੀ ਬਾਬਾ ਝਗੜੂ, ਉਹ ਬਾਜ਼ੀਆਂ ਬਾਹਰ ਜਾ ਕੇ ਛੱਡ ਪਾਉਂਦਾ ਸੀ ਜੀ, ਜਿਹੜੇ ਨੇੜੇ ਵਾਲੇ ਪਿੰਡ ਸੀ ਉੱਥੇ ਜਦੋਂ ਬਾਜ਼ੀ ਛੱਡਣੀ ਉਦੋਂ ਬਾਬਾ ਪੁੰਨੂ ਮੈਨੂੰ ਵੀ ਨਾਲ ਲੈ ਜਾਂਦਾ ਸੀ ਪੋਤਰਿਆਂ ਚਾਰ ਜੀ ਜੀ ਜੀ, ਇੱਕ ਫਾਂਦੇ ਵਾਲੇ ਬਾਜ਼ੀ ਛੱਡੀ ਜੀ, ਮਰੜੀ ਕਬੂਤਰੀ ਉਸ ਟਾਈਮ ਤੇ ਮਸ਼ਹੂਰ ਸੀ ਬਾਬੇ ਪੁੰਨੂ ਦੀ ਜੀ ਜੀ ਜੀ, ਉਸ ਟਾਈਮ ਤੇ 1000 ਵਾਲਾ ਕਬੂਤਰ ਜਿਹੜਾ ਬਗਰਾੜੀ ਵਾਲਿਆਂ ਤੋਂ ਵਿਕਿਆ ਸੀ ਉਹ ਵਿਕਿਆ ਸੀ, ਜਾਣੇ ਉਸ 1000 ਵਾਲੇ ਨਾਲੋਂ ਬਰੜੀ ਕਬੂਤਰੀ ਦੀ ਚਰਚਾ ਜ਼ਿਆਦਾ ਸੀ ਲੋਕਾਂ ਦੇ ਚਰਚੀ, ਫਾਂਦੇ ਵਾਲੇ 28 ਕਬੂਤਰ ਛੁੱਟੇ ਉੱਥੇ, ਬਾਬੇ ਪੁੰਨੂ ਨੇ ਕਾਕੇ ਨਾਲ ਵੰਡੀ ਬਾਜੀ ਦੋਨਾਂ ਦੀ, ਮੈਨੂੰ ਛੋਟਾ ਸਿੰਘ ਆਈ ਆ ਮੇਰੀ ਯਾਦ ਜੀ, ਤੇ ਉਦੋਂ ਬਾਅਦ ਹਰੀਕੇ ਛੱਡੀ ਜੀ ਇੱਕ ਜੀ, ਹਰੀਕੇ ਕਬੂਤਰ ਕੱਲਾ ਰਹਿ ਗਿਆ ਜੀ ਜੀ, ਤੇ ਪਰ ਉਹ ਛਤਰੀ ਤੇ ਬੈਠਾ ਨਾ ਪਾਸੇ ਪਿੱਪਲ ਦੇ ਬੈਠਾ ਬਾਜੀ ਜਿੱਤ ਕੇ ਜੀ, ਉਹ ਮਿਲਿਆ ਵੀ ਨਹੀਂ ਜੀ, ਇਸ ਤਰ੍ਹਾਂ ਹੁਣ ਟਾਈਮ ਲੰਮਾ ਹੋ ਗਿਆ ਬਾਜੀਆਂ ਯਾਦ ਨਹੀਂ, ਪਰ ਬਾਬਾ ਪੁੰਨੂ ਤੀਜੀ ਚੌਥੀ ਬਾਜੀ ਆਮ ਜਿੱਤਦਾ ਸੀ ਉਹਨਾਂ ਟਾਈਮਾਂ, ਬਹੁਤ ਚੰਗੇ ਕਬੂਤਰ ਸੀ ਤੇ ਬਹੁਤ ਵਧੀਆ ਸੁਭਾਅ ਦੇ ਸੀ, ਬਹੁਤ ਚੰਗੇ ਜੀ। ਕੀ ਨਾਂ ਹੈ ਜੀ ਆਪਣਾ? ਗੁਰਤੇਜ ਸਿੰਘ। ਗੁਰਤੇਜ ਸਿੰਘ, ਹਾਂਜੀ, ਮੈਂ ਬਾਈ ਗਰਲਾਲ ਦਾ ਭਰਾ ਹੈਗਾ। ਓ ਓਕੇ, ਹਾਂਜੀ ਭਾਈ, ਨਹੀਂ ਮੈਂ ਪਾਏ ਚਤਾ, ਮੈਂ ਮੁੰਡੇ ਹੀ ਰੱਖੇ ਸੀ ਜੀ, ਬਾਬੇ ਪੁੰਨੂ ਕੋਲੋਂ ਲਿਜਾ ਕੇ ਹੀ ਰੱਖੇ ਸੀ, ਉਹ ਮੈਨੂੰ ਦੇ ਦਿੰਦਾ ਸੀ ਪੋਤਰਿਆ ਆਹ ਚੰਗਾ ਹੋਊਗਾ, ਪਰ ਉਦੋਂ ਬੱਚੇ ਸਾਂ, ਉਹ ਕੋਈ ਕਿਸੇ ਨੂੰ ਵਟਾ ਲੈਣਾ ਜਾਂ ਲੈ ਲੈਣਾ, ਉਹਨਾਂ ਨੇ ਬਾਬੇ ਨੇ ਫੇਰ ਦੇਣੇ ਜੀ, ਤੇ ਢਾਣੀ ਦਾ ਕਰਕੇ ਬਾਜੀ ਕੋਈ ਛੱਡ ਨਹੀਂ ਸੀ, ਕੋਈ ਖੇਡ ਪਾਣੀ ਕੋਈ ਉਦੋਂ ਜਾਣਿਆ ਉਹਨਾਂ ਤੋਂ ਵੀ ਆਹ ਕਬੂਤਰਾਂ ਦੇ ਸਮਝਾਉਂਦੇ ਬਹੁਤ ਸੀ ਜੀ, ਦੱਸਦੇ ਸੀ, ਪਰ ਉਦੋਂ ਇਸ ਚੀਜ਼ ਦੇ ਵਿੱਚ ਇੰਟਰਸਟ ਨਹੀਂ ਸੀ, ਇੱਕ ਘਰ ਦੇ ਜਾਣੇ ਕੰਮਾਂ ਕਾਰਾਂ ਚ ਜਾਂ ਬਜ਼ੁਰਗ ਇਸ ਚੀਜ਼ ਤੇ ਥੋੜੇ ਜਿਹੇ ਪਹੁੰਚਦੇ, ਉਹ ਕਬੂਤਰ ਰੱਖੇ ਸੀ ਢਾਣੀ ਦੇ ਵਿੱਚ। ਸੋ ਆਪਣੇ ਸ਼ੁਰੂਆਤ ਤੁਸੀਂ ਕੀਤੀ ਜਾਦੂ ਸਰਪੰਚ ਪੂਲੀ, ਨਹੀਂ ਰਹੇ ਇਸ ਦੁਨੀਆ ਤੇ, ਤੇ ਕਬੂਤਰ ਬਹੁਤ ਚੰਗੇ ਮੇਰੇ ਕੋਲੇ, ਉਹ ਤੋਂ 10 ਦਿਨ ਪਹਿਲਾਂ ਹੀ ਹੋ ਕੇ ਗਿਆ ਵਿਚਾਰਾ, 10-15 ਜੀ ਜੀ ਜੀ, ਇੱਥੇ ਸਾਡੇ ਕੋਲੇ ਆਉਂਦਾ ਸੀ, ਜਦੋਂ ਇੱਥੇ ਨੇੜੇ ਬਾਜ਼ੀਆਂ ਛੱਡਦਾ ਸੀ ਉਹ ਰਾਤ ਨੂੰ ਇੱਥੇ ਆਪਣੇ ਕੋਲੇ ਦਿੱਤਾ ਜੀ ਜੀ। ਹੁਣ ਉਹਨਾਂ ਦੇ ਕਬੂਤਰ ਹੈ ਜਿਹੜੇ 4 ਟਰੈਕਟਰ ਜਿਹੜੇ ਨੇ ਜਿੱਤਿਆ, ਉਹਨਾਂ ਦੇ ਕਬੂਤਰਾਂ ਚੋਂ ਜਿੱਤੇ? ਉਹ ਹੋਰ ਸੀ ਜੀ, ਉਹ ਕਿਹੜੀ ਨਸਲ ਹੋਰ ਆਪਣੀ? ਉਹ ਕੱਕੀ ਵਾਲੇ ਕਬੂਤਰ, ਕੱਕੀ ਗੰਦੜ, ਹਾਂਜੀ ਜੀ ਜੀ, ਇਹਦੇ ਵਾਲੇ ਵੀ ਆਪਣੇ ਕੋਲੇ ਜੀ, ਕੱਕੀ ਗੰਦੜ ਵਾਲੇ ਕਬੂਤਰ ਸੀਗੇ, ਤੇ ਜਿਹੜਾ ਬੱਚਾ ਸਾਡਾ ਸੀ ਉਹ ਬੰਤ ਬਲਮਗੜਾ ਦਾ ਕਬੂਤਰ ਸੀਗਾ ਟੀਰਾ ਜੀ ਜੀ, ਤੇ ਕਬੂਤਰੀ ਸੀਗੀ ਬਾਈ ਮੂਸੀ ਵਾਲੀ ਮੀਰਾ ਜੀ ਜੀ ਜੀ।
ਉਹਦਾ ਪੁੱਤ ਸੀ। ਸੋ ਦੋਸਤੋ ਇਹ ਹੈ ਬਾਈ ਫੌਜੀ ਜੋ ਇਹਨਾਂ ਦਾ ਪਿੰਡ ਹੈ ਆਸਾ ਬੁੱਟਰ, ਬਾਈ ਹੋਰਾਂ ਨਾਲ ਰਲ ਕੇ ਕਬੂਤਰ ਡਾਉਂਦੇ ਹੈ ਅਤੇ ਇਹਨਾਂ ਦੇ ਜਿਹੜੇ ਉਸਤਾਦ ਹੈ ਉਹ ਹੈ ਬਾਈ ਮੂਸ਼ੀ ਮੂਲਿਆਂ ਵਾਲੀ। ਸੋ ਬਾਈ ਨਾਲ ਕਿਵੇਂ ਤਾਲਮੇਲ ਹੋਇਆ ਜੀ ਤੁਹਾਡਾ? ਮੈਂ ਬਾਜੀ ਛੱਡੀ ਸੀ ਬਾਈ, ਮੈਂ 21 ਹੋਣੀ 20 21 ਬਾਈ ਛੱਡੀ ਸੀਗੀ ਮੈਂ ਆਨੰਦਗੜ੍ਹ ਜੀ। ਉਦੋਂ ਪਹਿਲਾਂ ਮੇਰਾ ਸੀ ਧਰਮਿੰਦਰ ਮੌੜ ਨਾਲ ਜੀ, ਕਾਜੂ ਰਹਿਣਾ ਜੀ, ਉਹ ਚਿੱਟਾ ਚੁੱਟਾ ਲਾਉਂਦੇ ਸੀ ਆਪਾਂ ਖੜਾ ਛੱਡਤਾ ਜੀ। ਉੱਥੇ ਬਾਈ ਛੱਡੀ ਸੀ ਮੈਂ ਇੱਥੇ ਆਨੰਦਗੜ੍ਹ ਜੀ। ਬਾਈ ਦਾ ਕਬੂਤਰ ਵੀ ਸੀਗੇ ਢਾਬਾ ਵਾਲਿਆਂ ਦੇ ਨਾਂ ਤੇ ਸ਼ਾਇਦ ਕਾਲੀ ਬਗਲ ਦਾ ਜੀ। ਮੇਰੇ ਦੋ ਕਬੂਤਰ ਸੀਗੇ, ਉਹਦੇ ਬਾਈ ਨਾਲ ਸਾਡੀ ਬਾਜੀ ਹੋਈ ਸੀਗੀ ਜੀ, ਚਾਰਾਂ ਖੁਣੀ ਪੰਜਾਂ ਕਬੂਤਰਾਂ ਦੀ ਬਾਜੀ ਹੋਈ ਸੀਗੀ ਜੀ। ਉੱਥੇ ਬਾਈ ਨੂੰ ਮੈਂ ਕਿਹਾ ਬਾਈ ਐਂ ਕਰਕੇ ਰਾਹ ਚੱਕਰ ਹੈ ਅਤੇ ਮੈਂ ਘਰ ਦੇ ਗਾਲਾਂ ਕੱਢਦੇ ਯਾਰ ਚਿੱਟੇ ਵਾਲੇ ਬੰਦੇ ਤਾਂ ਮੈਨੂੰ ਪਰਹੇਜ, ਅਤੇ ਬਾਈ ਕਹਿੰਦਾ ਕੋਈ ਨਹੀਂ ਤੂੰ ਮੇਰੇ ਕੋਲੇ ਆ ਜੀ। ਮੈਂ ਬਾਈ ਕੋਲੇ ਗਿਆ, ਫਿਰ ਇਸ ਤੋਂ ਬਾਅਦ 21 'ਚ ਬਾਈ 'ਚ ਗਿਆ, ਬਾਈ 'ਚ ਗਿਆ ਸੀ ਨਾ ਬਾਈ, ਬਾਈ 'ਚ ਗਿਆ ਮੈਂ ਜੀ, ਬਾਈ 2022 'ਚ ਗਿਆ ਮੈਂ, ਬਾਈ ਤੋਂ ਖੇਡ ਪਾਣੀ ਸਿੱਖਿਆ ਜੀ। ਅਤੇ ਉਦੋਂ ਬਾਅਦ ਬਸ ਜੋ ਹੈਗਾ ਬਾਈ ਬਾਈ ਦੇ ਸਿਰ 'ਤੇ ਬਹੁਤ ਬਾਈ ਜਿੱਤੀਆਂ, ਫਰਿੱਜ ਕੂਲਰਾਂ ਪਤਾ ਨਹੀਂ ਕਿੰਨਾ ਕੁਝ ਜਿੱਤ ਲਿਆ। ਇੱਕ ਸੱਚ ਆਪਣੀ ਗੱਲ ਤੁਸੀਂ ਦੱਸੀ ਸੀਗੀ ਵੀ ਬਾਈ ਹੋਰਾਂ ਦੇ ਮਨ 'ਚ ਟਰੈਕਟਰ ਜਿੱਤਣ ਦੀ ਲਾਲਚ ਵੀ ਸੀਗਾ, ਪਹਿਲਾਂ ਬਾਈ ਹੋਰਾਂ ਨੇ ਜਿਹੜੇ ਕਬੂਤਰ ਆ ਬਾਈ ਦੇ ਘਰੋਂ ਛੱਡਣੇ ਸੀ। ਹਾਂ ਛੱਡਣੇ, ਫਿਰ ਕਹਿੰਦੇ ਵੀ ਉਹ ਜਿਹੜੇ ਯੂਪੀ ਵਾਲੇ ਬੰਦੇ ਆ ਬੜੇ ਉਹ ਚੰਟ ਸੀਗੇ, ਉਹ ਕਹਿੰਦੇ ਵੀ ਕਬੂਤਰ ਆਪਦੇ ਘਰੋਂ ਹੀ ਡਾਉਣੇ ਪੈਣਗੇ ਤੁਹਾਨੂੰ, ਫਿਰ ਤੁਸੀਂ ਆਪਦੇ ਘਰੋਂ ਛੱਡੇ ਪਰ ਸੰਭਾਏ ਬਾਈ ਨੇ ਜੀ ਜੀ। ਤੇ ਜਿਹੜੇ ਤੁਹਾਡੇ ਘਰੋਂ ਕਬੂਤਰ ਉੱਡਿਆ ਸੀ ਉਹ ਕਿਹੜੀ ਨਸਲ ਚੋਂ ਸੀਗਾ ਜੀ? ਬਾਈ ਬੰਤ ਬਾਲਮਗੜ੍ਹ ਦਾ ਟੀਰਾ ਕਬੂਤਰ ਸੀਗਾ ਜੀ ਜੀ, ਤੇ ਕਬੂਤਰੀ ਬਾਈ ਦੀ ਘਰੋਂ ਆਈ ਆ ਮੀਰਾ, ਬਾਈ ਦੇ ਮੀਰਾ ਕਬੂਤਰਾਂ ਚੋਂ। ਉਹ ਬਾਈ ਦੀ ਮਤਲਬ ਟੋਰੀ ਟੂਸੇ ਵਾਲੀ ਕਬੂਤਰੀ ਬਾਜੀ ਵੀ ਜਿੱਤੀ ਆ ਪਹਿਲਾਂ ਜੀ, ਉਹਦਾ ਗਾਂ ਪੁੱਤ ਸੀ, ਚੀਕਦਾ ਹੀ ਸੀ ਉਹ ਜੀ। ਤੇ ਜਿਹੜੀ ਕਬੂਤਰੀ ਸੀਗੀ ਤਾਏ ਦੇ ਨਾਂ ਤੇ ਛੱਡੀ ਆ ਉਹ ਸੀ ਮੇਰੇ ਕੋਲ ਧਰਮਿੰਦਰ ਵਾਲੇ ਕਬੂਤਰ ਕੱਕੀ ਵਾਲੇ, ਕੱਕੀ ਵਾਲਿਆਂ ਚ ਕਮਲਿਆਂ ਚ ਉਹਨਾਂ ਚੋਂ। ਉਹ ਪਿਛਲੇ ਸਾਲ ਵੀ ਬਾਈ ਦੇ ਨਾਂ ਤੇ ਐਂਟਰੀ ਜਿੱਤੀ ਵੀ ਆ ਡੱਗੋ ਰਮਾਣੇ ਜੀ, ਡੱਗੋ ਰਮਾਣੇ ਤੋਂ ਬਾਅਦ ਛੱਡੀ ਸੀ ਅਸੀਂ ਉਹ ਇੱਥੇ ਜਾ ਕੇ ਬਘੇਲੇ ਜੀ, ਬਘੇਲੇ ਬਾਈ ਜਿੱਤੀ ਆ, ਫਿਰ ਉਹਦਾ ਭਰਾ ਛੱਡਿਆ ਸੀ ਉਹੀ ਕਬੂਤਰੀ ਦਾ ਲਾ ਇੱਥੇ ਸਿੱਢੇ ਵਾਲੇ ਜਿੱਦੇ ਮੇਰਾ ਤੇ ਭੁੱਟੋ ਲਾਂਭ ਵਾਲੀ ਦਾ ਇਕੱਲਾ ਰਹਿੰਦੇ ਆ, ਉਹਦੇ ਬਾਈ ਜਿੱਤਿਆ ਉਹਨਾਂ ਚੋਂ ਸੀ ਉਹ। ਉਸ ਤੋਂ ਇਲਾਵਾ ਹੋਰ ਬਾਈ ਜੀ ਕਿਹੜੀਆਂ ਕਿਹੜੀਆਂ ਨਸਲਾਂ ਆਪਣੇ ਕੋਲ? ਮੇਰੇ ਕੋਲ ਬਾਈ ਜ਼ਿਆਦਾ ਕਬੂਤਰ ਹੈਗੇ ਆ ਪੁੰਨੂ ਭੁੱਲਰ ਵਾਲੇ ਜੀ, ਉਹ ਆਏ ਫੌਜੀ ਝਾੜੀ ਵਾਲਾ, ਫੌਜੀ ਝਾੜੀ ਵਾਲਾ ਜੀ। ਉਦੋਂ ਬਾਅਦ ਆ ਗਏ ਬਾਈ ਵਾਲੇ ਕਬੂਤਰ ਸਾਰੇ ਜੀ, ਬਈ ਤਕਰੀਬਨ ਸਾਰੇ ਕਬੂਤਰ ਹੀ ਆਏ ਆ ਬਾਈ ਦੇ, ਪਾਕਿਸਤਾਨ ਵਾਲੇ ਦੇ ਵੀ ਪੁੱਤ ਆਏ ਆ, ਮੀਰਾ ਵੀ ਆਇਆ, ਬਾਪੂ ਵਾਲੇ ਕਬੂਤਰ ਵੀ ਆਏ ਆ, ਫਿਰ ਮੇਰੇ ਕੋਲ ਕੱਕੀ ਵਾਲੇ ਕਬੂਤਰ ਆ ਤੇ ਫੌਜੀ ਢਮੋਟ ਵਾਲੇ ਕਬੂਤਰ ਆ ਜੀ। ਹਾਂ ਉਹ ਆਇਆ ਮੇਰੇ ਕੋਲ ਜਿਹੜੇ ਫੌਜੀ ਢਮੋਟ ਵਾਲੇ ਕਬੂਤਰ ਆ ਉਹ ਆਇਆ ਮੇਰੇ ਕੋਲ ਮਾਮੇ ਤੋਂ ਪਰਥਲੇ ਵਾਲੇ ਤੋਂ ਖੰਨੇ ਕੋਲੋਂ ਜੀ। ਉਹ ਮੈਂ ਮੁੱਲ ਵੀ ਉਹਨੂੰ ਆਖਿਆ ਲੈ ਲਾ ਲੈ ਲੂੰਗਾ ਮੈਂ ਪੈਸੇ ਦੱਸ ਦੇ, ਉਹ ਨਹੀਂ ਤੂੰ ਲੈ ਜਾ, ਉਹਨੇ ਜੋੜੀ ਦਿੱਤੀ ਫਿਰ ਉਹਨਾਂ ਦੀ ਮਿਸ ਪਾਈ ਸਾਰਿਆਂ ਕਬੂਤਰਾਂ 'ਚ, ਭਲਾ ਦਹਾਂ ਘਰਾਂ 'ਤੇ ਛੱਡੀ ਆ ਤੁਰਦੇ ਨਹੀਂ ਉਹ ਕਬੂਤਰ ਜੀ, ਉਹ ਕਬੂਤਰਾਂ ਜ਼ਿਆਦਾਤਰ ਬਾਈ ਵਾਲੇ ਕਬੂਤਰ ਆ। ਅਤੇ ਸਰਦਾਰ ਗਰਲਾਲ ਸਿੰਘ ਜੀ ਨੂੰ ਸਵਾਲ ਫਿਰ ਪੁੱਛਾਂਗੇ ਜੀ, ਹੁਣ ਤੁਸੀਂ ਜਿਹੜੇ ਕਬੂਤਰ ਰੱਖ ਲਏ ਜੀ ਸੰਭਾਲ ਲੈਂਦੇ ਹੋ ਉਹਨਾਂ ਨੂੰ? ਬੰਦਾ ਰੱਖਿਆ ਹੋਇਆ, ਬੰਦਾ ਰੱਖਿਆ ਜੀ, ਬੇਟੇ ਨੂੰ ਸ਼ੌਕ ਹੈ, ਬਾਈ ਪਿੱਛੇ ਖੜਾ, ਕੀ ਨਾਂ ਬਾਈ ਆਪਣਾ? ਜਗਵੀਰ। ਤੁਸੀਂ ਵੀ ਸੰਭਾਲ ਲੈਂਦੇ ਹੋ ਕਬੂਤਰ ਜਾਂ ਬੰਦਾ ਹੀ ਸੰਭਾਲਦਾ? ਅੱਛਾ ਮੁੰਡਾ ਰੱਖਿਆ, ਓਕੇ ਬਾਅਦ ਚ ਕਰਦੇ ਇਹਦੇ ਨਾਲ ਵੀ ਗੱਲਬਾਤ। ਤੇ ਇੱਕ ਤੁਹਾਡੇ ਕੋਲ ਘੋੜੀਆਂ ਵੀ ਹੈ ਬਹੁਤ ਰੱਖੀਆਂ ਹੋਈਆਂ ਜੀ, ਉਹਨਾਂ ਦਾ ਮਿਲਣ ਦਾ ਸ਼ੌਕ ਤੁਹਾਨੂੰ ਜ਼ਿਆਦਾ ਹੈ ਜੀ? ਜੀ ਜੀ ਜੀ। ਥੋੜੀ ਜਿਹੀ ਹਾਸੇ ਵਾਲੀ ਗੱਲ ਵੀ ਕਰਦੇ ਆ, ਨਾਲ ਸਾਡੇ ਇੱਕ ਬਜ਼ੁਰਗ ਬੈਠੇ ਆ ਦੋ ਹੋਰ, ਇਹਨਾਂ ਨੂੰ ਮੈਂ ਪੁੱਛਿਆ ਵੀ ਤੁਹਾਡਾ ਕਿਹੜਾ ਪਿੰਡ ਹੈ ਤੇ ਕੀ ਸ਼ੌਕ ਰੱਖਦੇ ਹੋ? ਕਹਿੰਦੇ ਵੀ ਅਸੀਂ ਤਾਂ ਖਾਣ ਪੀਣ ਵਾਲੀ ਰੱਖਦੇ ਹਾਂ, ਉਹ ਅਸੀਂ ਕੋਈ ਸ਼ੌਕ ਨਹੀਂ ਰੱਖਦੇ, ਕਿਉਂਕਿ ਬਾਈ ਦੇ ਇਸ ਤੋਂ ਪਹਿਲਾਂ ਸਮੋਸੇ ਤੇ ਲੱਡੂ ਸੀ, ਇਹ
ਦੋ ਦੋ ਸਮੋਸੇ ਚੱਕੇ ਤੇ ਲੱਡੂ ਚੱਕੇ, ਕਹਿੰਦੇ ਸਾਡਾ ਖਾਣ ਪੀਣ ਵਾਲੇ ਹੈ, ਹੋਰ ਕੋਈ ਸ਼ੌਕ ਨਹੀਂ। ਠੀਕ ਹੈ ਜੀ, ਚਲੋ ਇਹ ਵੀ ਜ਼ਰੂਰੀ ਹੈ ਜੀ ਬਚਾਉਣਾ। ਫੌਜੀ ਸਾਹਿਬ ਅਗਲਾ ਸਵਾਲ, ਆਪਾਂ ਜਿਹੜੀਆਂ ਬਾਜ਼ੀਆਂ ਐਤਕੀ ਛੱਡਣੀਆਂ, ਹਾਂਜੀ ਫੁੱਲ ਤਿਆਰੀ ਹੈ ਪੂਰੀ ਹੈ ਬਾਈ, ਕਿਹੜਾ ਤਾਂ ਬਾਬੇ ਤੁਸੀਂ ਤਾਂ ਫੌਜ ਚ ਚਲੇ ਜਾਂਦੇ ਹੋ, ਹਾਂਜੀ ਹਾਂਜੀ ਦੇਸ਼ ਦੀ ਸੇਵਾ ਤੇ ਚਲੇ ਜਾਂਦੇ ਹੋ, ਬਾਅਦ ਚ ਫਿਰ ਕਬੂਤਰ ਕੌਣ ਸੰਭਾਲ? ਮੇਰਾ ਵੱਡਾ ਭਰਾ ਬਈ ਸੋਨੀ, ਵੱਡਾ ਭਰਾ ਕਰੇ ਸੋਨੀ ਤੇ ਇੱਕ ਚਾਚੇ ਦਾ ਮੁੰਡਾ ਜੀ, ਤੇ ਤਿੰਨ ਮੁੰਡੇ ਪਿੰਡ ਚ ਜੀ ਉਹ ਕਰਦੇ ਦੇਖਭਾਲ ਜੀ, ਬਾਕੀ ਕਬੂਤਰ ਮੈਂ ਸਾਂਭਦਾ ਵੀ ਨੀ ਬਾਈ, ਮੈਂ ਆਖੀ ਆ ਮੈਂ ਕਬੂਤਰ ਸਾਂਭਦਾ ਜੀ ਜੀ, ਸੋਨੀ ਸਾਂਭਦਾ ਬਾਈ ਨਾਲ ਟਾਈ ਆਪ ਉਹਦਾ ਹੀ ਕਰਨਾ, ਉਹਨੇ ਆਪੇ ਕਰਨਾ ਜੋ ਕਰਨਾ ਜੀ, ਆਪਣਾ ਕੰਮ ਬਾਈ ਤੇ ਜਾ ਕੇ ਕਬੂਤਰ ਛੱਡ ਦੇਣਾ ਜੀ। ਇੱਥੇ ਬਾਜੀ ਹੋਈ ਸੀ ਪਿਛਲੇ ਸਾਲ, ਇਹੀ ਸਾਲ ਦੀ ਗੱਲ ਆ, ਮੈਨੂੰ ਲੱਗਦਾ 14 ਕਬੂਤਰਾਂ ਨੇ ਇੱਕ ਪਾਸੇ ਵੰਡ ਲਈ ਸੀਗੀ 109 ਚ, ਪੂਰੇ ਟੌਪ ਦੇ ਖਿਡਾਰੀ ਸੀਗੇ, ਬਾਈ ਨੂੰ ਫੋਨ ਵੀ ਗਏ ਉਹ ਬਾਜੀ ਤੇ, ਬਾਜੀ ਨੀ ਕਰ ਰਿਹਾ ਤੇਰਾ ਚੇਲਾ, ਉਦੇ ਮੈਂ ਬਾਜੀ ਨੀ ਕੀਤੀ ਜੀ। 7 ਵੱਜ ਕੇ ਤੇ ਮੈਨੂੰ ਲੱਗਦਾ 40-45 ਮਿੰਟ ਤੇ ਆਪਣਾ ਕਬੂਤਰ ਬੈਠਾ, 14 ਨੇ ਇੱਕ ਪਾਸੇ ਸੀਗੇ ਤੇ ਆਪਣੀ ਬਾਜੀ ਨੀ ਹੋਈ, ਉਹਦੇ 3 ਕਬੂਤਰ ਰਹਿ ਗਏ ਸੀ, ਸਾਰਿਆਂ ਤੋਂ ਵੱਧ ਆਪਣਾ ਕਬੂਤਰ ਉੱਡਿਆ, ਔਰ ਉਦੋਂ ਅਗਲੇ ਦਿਨ ਜਿੱਥੇ ਟਰੈਕਟਰ ਜਿੱਦੇ ਉਦੋਂ ਅਗਲੇ ਦਿਨ ਖੋਖਰ ਆਪਣੀ ਕਬੂਤਰੀ ਉੱਡੀ ਆ, ਉਦੇ ਵੀ ਸਾਰੇ ਖਿਡਾਰੀ ਸੀਗੇ, ਕਾਲਾ ਢਿੱਡ ਕਾਲੇ ਪੂੰਜਾ ਨਿੰਮੂ ਮੱਤੇ ਦੇ ਨਾਂ ਤੇ, ਫਿਰ ਜੱਸਾ ਬੈਠਾ ਨਾ ਢੀਮਾ ਵਾਲੀ ਵਾਲਾ, ਉਹਦੀ ਕੂਦਰੀ ਸਾਂਭ ਕੇ ਛੱਡੀ ਫਿੱਡੇ, ਉਹ ਵੀ ਬਹੁਤ ਉੱਡੀ ਆਪਣੀ ਉੱਤੇ। ਬਾਈ ਨਾਲ ਕਿਵੇਂ ਤਾਲਮੇਲ ਹੋਇਆ ਤੁਹਾਡਾ ਮੂਸੀ ਨਾਲ? ਬਸ ਉਹ ਬਾਈ ਤੇ ਆਨੰਦਗੜ੍ਹੀ ਬਾਈ, ਆਨੰਦਗੜ੍ਹ ਬਾਈ ਤੋਂ ਹੋ ਗਿਆ ਸੀ, ਬਾਈ ਨੂੰ ਫੋਨ ਫਾਨ ਕਰਦਾ ਰਿਹਾ ਕਬੂਤਰ ਪਹਿਲਾਂ ਹੀ ਪੁੱਛਿਆ ਬਾਈ ਮੋਸ਼ੇ ਪੂਰਾ, ਫਿਰ ਜੋ ਸਾਹਮਣੇ ਹੀ ਤੁਹਾਡੇ, ਹਾਂਜੀ ਰਿਜ਼ਲਟ ਹੈ ਤੁਹਾਡੇ ਸਾਹਮਣੇ ਹੀ ਹੈ, ਚੇਲਾ ਅੱਗੇ ਨਿਕਲ ਗਿਆ, ਦੇਖੋ ਚਾਹੀਦਾ ਵੀ ਗੁਰੂ ਵਾਲੇ ਟਰੈਕਟਰ ਨੀ ਜਿੱਤਿਆ ਤੇ ਚੇਲੇ ਨੇ ਟਰੈਕਟਰ ਬਾਈ ਦੇ ਸਿਰ ਤੇ ਆ, ਜੋ ਕਬੂਤਰ ਆਇਆ ਬਾਈ ਦੇ ਸਿਰ, ਇਹਦਾ ਮਤਲਬ ਕੋਈ ਲਕੋਇਆ ਨੀ, ਨਾ ਬਾਈ ਕੁਛ ਨੀ ਲਕੋਇਆ, ਜੇ ਹੁਣ ਕਬੂਤਰ ਚਾਹੀਦਾ, ਜੇ ਬਾਈ ਨੂੰ ਕਹਿੰਦਾ ਕਬੂਤਰ ਚਾਹੀਦਾ ਮਿਲੂਗਾ ਬਾਈ, ਤੇ ਜੇ ਬਾਈ ਨੂੰ ਕਹਿੰਦਾ ਬਾਈ ਆਹ ਕੰਮ ਕਰਨਾ ਹੋਊਗਾ ਬਾਈ, ਕੋਈ ਲੁੱਕ ਨੀ ਗਾ, ਜਿਹੜੀ ਚੀਜ਼ ਜੋ ਪਾਣੀ ਬਾਈ ਬਣਾਉਂਦਾ, ਜਦੋਂ ਬਣਾਤਾ ਬਾਈ ਨੇ ਸਾਰੇ ਚੇਲਿਆਂ ਨੂੰ ਫੋਨ ਕਰ ਦੇਣਾ ਪਾਣੀ ਬਣ ਗਿਆ ਬਾਈ ਲੈ ਜਾਓ ਆ ਕੇ, ਕੋਈ 10 ਦਿਨਾਂ ਬਾਅਦ ਜਾਵੜਦਾ ਆਪਣਾ ਕੰਮ ਬਈ, ਜਦੋਂ ਬਣ ਗਿਆ ਅਗਲੇ ਦਿਨ ਪਹੁੰਚ ਜਾਣਾ ਜੀ। ਹਾਂ ਸਾਡੇ ਨਾਲ ਪੰਜਾਬ ਦੇ ਕੀ ਇੰਡੀਆ ਦੇ ਕੀ ਵਰਲਡ ਦੇ ਬਾਬਾ ਬੋੜ, ਮੇਰਾ ਤਾਂ ਬਾਈ ਹੈ ਬਾਬਾ ਬੋੜ, ਸਰਦਾਰ ਗੁਰਜੰਟ ਸਿੰਘ ਆਲਮਾਲਾ ਜੀ ਵੀ ਬੈਠੇ ਹੈ, ਉਹਨਾਂ ਨਾਲ ਵੀ ਕਰਦੇ ਹਾਂ ਜੀ ਗੱਲਬਾਤ। ਤੁਸੀਂ ਵੀ ਬਾਈ ਜੀ ਕੋਈ ਦੱਸੋ ਆਪਦੇ ਚੇਲੇ ਬਾਰੇ। ਆਪਣਾ ਚੇਲਾ ਜੀ ਬਹੁਤ ਜਿੱਤਿਆ ਜੀ ਮੋਟਰਸਾਈਕਲ ਜੀ, ਬਹੁਤ ਬਾਜੀਆਂ ਜਿੱਤੀਆਂ ਜੀ, ਇੱਕ ਆਪਣੇ ਪਿੰਡ ਹੀ 2 ਲੱਖ ਦੇ ਮੋਟਰਸਾਈਕਲ ਜਿੱਤਿਆ ਕਲੱਬ ਚੋਂ ਜੀ ਜੀ ਜੀ, ਫਿਰ ਕਲੱਬਾਂ ਵੀ ਜਿੱਤਿਆ 2 ਲੱਖ ਦੇ ਮੋਟਰਸਾਈਕਲ, ਕਲਾਊ ਖਾਣੇ ਜਿੱਤਿਆ ਮੋਟਰਸਾਈਕਲ, ਲੋਹਾ ਖੇੜਾ 3,14,000 ਮੋਟਰਸਾਈਕਲ ਉੱਤੋਂ ਜਿੱਤਿਆ ਸੀ ਜੀ, ਯਾਨੀ ਮੋਟਰਸਾਈਕਲ ਕਈ ਜਿੱਤੇ, ਹੋਰ ਵੀ ਦੱਸੇ ਨੀ ਜਾਂਦੇ ਇੰਨੇ ਜੀ, ਇੱਕ ਇੱਥੇ ਜੰਡੋਕੇ ਜਿੱਤਿਆ ਸੀ, ਜੰਡੋਕੇ ਇੱਕ ਹੋਰ ਐਤਕੀ ਜੀਪ ਵਾਲੀ ਮੋਟਰਸਾਈਕਲ ਤਾਂ ਖੈਰ ਸਭ ਤੋਂ ਵੱਧ ਮੈਨੂੰ ਲੱਗਦਾ ਜੇ ਆਪਣੇ ਏਰੀਆ ਚ ਜਿੱਤੇ ਤਾਂ ਬਾਈ ਮੋਸ਼ੀ ਨੇ ਜਿੱਤੇ, ਹਾਂਜੀ ਨੇ ਜਿੱਤੇ ਆ। ਸੋ ਜੀ ਬਾਈ ਦਾ ਐਡਾ ਵਧੀਆ ਦਿਲ ਹੈ, ਬਾਈ ਦੇ ਕੋਈ ਸੱਜਣ ਮਿੱਤਰ ਸੀਗੇ, ਬਾਈ ਨੂੰ ਕਹਿੰਦੇ ਵੀ ਕੋਈ ਬੰਦਾ ਲੋਟ ਆਇਆ ਗੱਡੀ ਦਵਾ ਦਿੰਦੇ ਆ ਤੈਨੂੰ, ਤੇ ਚੇਲਾ ਬਣਾਉਣਾ, ਤੇਰਾ ਬਾਈ ਨੇ ਜਵਾਬ ਦੇਤਾ। ਹਾਂ ਹਾਂ ਜਵਾਬ ਦਿੱਤਾ ਜੀ, ਮੈਂ ਕਿਹਾ ਆਪਾਂ ਨੀ ਗੱਡੀ ਦੇਣੀ ਨਾ ਕੋਈ ਕੜਾ ਛਾਪ ਕਿਸੇ ਤੋਂ, ਨਾ ਬਣਾਉਣਾ ਹੀ ਨਹੀਂ ਚੇਲਾ, ਨਾ ਆਪ ਦੱਸਿਆ ਜਾਵੇ ਕਿਸੇ ਨੂੰ ਜੀ, ਕੱਲਾ ਇੱਕ ਇਹ ਨੂੰ ਦੱਸਿਆ ਸੀ ਇੱਕ ਪਿੰਡ ਦਾ ਮੁੰਡਾ ਮਾਸਟਰ ਜੀ, ਉਹ ਮੱਲੋ ਮੱਲ ਧੱਕੇ ਨਾਲ ਘਰੇ ਆ ਗਿਆ ਸੀਗਾ ਮਾਸਟਰ ਸੇਵਕ, ਹਾਂ ਜੀ ਗੁੜਗੜ ਵਾਲੀ ਵਧੀਆ ਬਣਾ ਦਿੰਦਾ ਸੀ, ਗੱਲਾਂ ਚਲਝਾ ਲਿਆ ਨੇ ਸੱਜਣ, ਪਹਿਲਾਂ ਤੇ ਪੀਨੇ ਸ਼ੁਰੂ ਡੈਡੀ ਕੋਲੇ ਵੀ ਇਹਦੇ ਕੋਲੇ ਵੀ, ਠੀਕ ਹੈ ਜੀ।
ਲਓ ਜੀ ਅੱਜ ਮਹਾਨ ਹਸਤੀਆਂ ਆਪਣੇ ਨਾਲ ਹੋਰ ਵੀ ਵੀਰ ਹੈ ਆਪਣੇ ਜਿਨ੍ਹਾਂ ਦੀ ਅੱਜ ਆਪਾਂ ਮੈਂ ਇੱਥੇ ਬਦੌਲਤ ਪਹੁੰਚਿਆ ਉਹ ਮੇਰੇ ਵੀਰ ਹੈ ਥੋੜ੍ਹੀ ਜਿਹੀ ਗੱਲਬਾਤ ਆਪਾਂ ਉਹਨਾਂ ਨਾਲ ਵੀ ਕਰਾਂਗੇ ਬਾਈ ਨੇ ਮੈਨੂੰ ਫੋਨ ਸਪੈਸ਼ਲੀ ਕੀਤਾ ਸੀ ਬਾਈ ਤੁਸੀਂ ਇੰਟਰਵਿਊ ਕਰਾਉਣੀ ਹੈ ਤਾਂ ਆਪਾਂ ਤੁਹਾਡੇ ਤੋਂ ਹੀ ਕਰਾਉਣੀ ਹੈ ਨਹੀਂ ਕਰਾਉਣੀ ਦੱਸੋ ਜੀ ਆਪਦਾ ਨਾਂ ਤੁਹਾਡੀ ਬਦੌਲਤ ਅੱਜ ਰੂਬਰੂ ਹੋਇਆ ਸਾਰੇ ਬੰਦਿਆਂ ਦੇ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਮੇਰਾ ਨਾਮ ਮਨਦੀਪ ਸਿੰਘ ਭਾਜੀ ਤੇ ਭਲਾਥਲ ਸਾਡਾ ਪਲੋਰੀ ਪਿੰਡ ਤੇ ਅਸੀਂ ਬਾਈ ਨਾਲ ਜੁੜੇ ਹਾਂ ਬਾਈ ਫੌਜੀ ਨੇ ਮੈਂ ਬਾਹਰ ਸੀ ਪਹਿਲਾਂ ਅਮੈਰੀਕਾ ਤੇ ਉੱਥੋਂ ਬਾਈ ਨਾਲ ਗੱਲਬਾਤ ਕਰਦਾ ਸੀ ਮੈਂ ਤੇ ਮੇਰਾ ਯਾਰ ਦੋਸਤ ਮੁੰਡਾ ਢਿੱਲੋਂ ਘਰ ਵੀ ਢਿੱਲੋਂ ਬਸ ਸਿੱਧਾ ਬਾਈ ਨਾਲ ਜੁੜੇ ਤੇ ਆਪਣਾ ਸ਼ੌਂਕ ਪੂਰਾ ਕਰੀ ਜਾਂਦੇ ਹਾਂ ਤੇ ਬਾਕੀ ਇੰਟਰਵਿਊ ਦੀ ਗੱਲ ਤੇ ਉਹ ਤੁਹਾਡੀ ਵਧੀਆ ਲੱਗਦੀ ਹੈ ਇੰਟਰਵਿਊ ਕਰਦੇ ਤੁਸੀਂ ਇਸੇ ਕਰਕੇ ਮੈਂ ਬਾਈ ਨੂੰ ਕਿਹਾ ਮੈਂ ਕਿਹਾ ਬਾਈ ਚੱਕੜੇ ਵਾਲੇ ਗਰੁੱਪ ਉਹਨਾਂ ਨੂੰ ਕਰਾਵਾਂਗੇ ਭਿੰਦਰ ਨੂੰ ਹੋਰ ਨਹੀਂ ਕਿਹਾ ਤੂੰ ਕਰਾਂਗੇ ਥੈਂਕ ਯੂ ਤੁਹਾਡਾ ਬਹੁਤ ਬਹੁਤ ਸੋ ਕੋਈ ਦੋ ਗੱਲਾਂ ਬਾਈ ਜੀ ਤੁਸੀਂ ਵੀ ਮੁਸ਼ੀ ਕਰੋ ਕਿਉਂਕਿ ਤੁਹਾਡੀ ਦੇਣ ਹੈ ਹਨਾ ਤੁਹਾਡੇ ਚੇਲੇ ਹੈ ਟਰੈਕਟਰ ਜਿੱਤੇ ਉਹਦੇ ਤੁਹਾਨੂੰ ਕਿੰਨੀ ਕੁ ਖੁਸ਼ੀ ਹੋਈ ਜਿੱਤੇ ਇਹ ਬਾਜੀ ਜਿੱਤੇ ਉਹਦੀ ਬਹੁਤ ਜ਼ਿਆਦਾ ਜੀ ਪੰਦਰ ਬਾਈ ਦੇਖੋ ਆਪਦਾ ਜਿੱਤਣਾ ਤਾਂ ਅਲੱਗ ਹੈ ਜੀ ਜਦੋਂ ਤੁਹਾਡੇ ਲਾਏ ਹੋਏ ਬੂਟੇ ਹੈਗਾ ਕਾਮਯਾਬ ਹੁੰਦੇ ਆ ਜੀ ਆਪਣੇ ਚੇਲੇ ਜੀ ਉਦੋਂ ਬੰਦੇ ਨੂੰ ਹੋਰ ਮਾਣ ਹੁੰਦਾ ਆ ਜੀ ਨਾ ਭਾਵੇਂ ਲੱਖ ਫੌਜੀ ਜਿੱਤਿਆ ਜੀ ਨਾ ਫਿਰ ਵੀ ਮੁਸ਼ੀ ਦਾ ਹੀ ਬਣੇ ਜੀ ਜੇ ਬਾਪੂ ਜੰਟੇ ਦਾ ਹੀ ਬਣਿਆ ਜੀ ਜੇਕਰ ਅਸੀਂ ਬਾਪੂ ਤੋਂ ਸਿੱਖਿਆ ਤਾਂ ਬਾਕੀ ਇਹ ਯਾਰ ਤੁਹਾਡੇ ਦਿਲ ਦਾ ਇੰਨਾ ਕੁ ਸਾਫ਼ ਹੋਣਾ ਚਾਹੀਦਾ ਮੈਂ ਤਾਂ ਕਹਿੰਦਾ ਪਿੱਛੇ ਅਗਲੇ ਤੋਂ ਪਹਿਲਾਂ ਹੀ ਮੋੜ ਦਿਓ ਜਾਂ ਨਾਲ ਜੋੜੋ ਨਾ ਜਾਂ ਉਹਨੂੰ ਰਸਤਾ ਦਿਓ ਜੀ ਇੱਕੇ ਫੌਜੀ ਨੀ ਕਿੰਨੇ ਚੇਲੇ ਆ ਮੇਰੇ ਕੋਈ ਬੰਦਾ ਉਂਗਲ ਕੱਢ ਕੇ ਨਹੀਂ ਕਹਿ ਸਕਦਾ ਵੀ ਆ ਨੀ ਜਿੱਤੇ ਜੇ ਮੰਨ ਲਓ 20 ਆ ਤੇ ਮੀਂਹਾਂ ਚ ਹੋ ਸਕਦਾ 2 ਨਾ ਜਿੱਤੇ ਹੋਣ ਉਹਨਾਂ ਦੀ ਆਪ ਦੀ ਕਮੀ ਕਾਰਨ ਜਿਹਦਾ 18 ਬੰਦੇ ਮੇਰੇ ਜ਼ਰੂਰ ਜਿੱਤੇ ਮੈਂ ਇਸ ਗੱਲ ਨੂੰ ਹਮੇਸ਼ਾ ਹੀ ਮੇਰੇ ਦਿਲ ਦੀ ਇਹ ਰਹਿੰਦੀ ਵੀ ਯਾਰ ਇੱਕ ਤਾਂ ਕਿਸੇ ਨੂੰ ਲੁੱਟੋ ਨਾ ਦੂਜੇ ਨੰਬਰ ਤੇ ਜੇ ਤੁਹਾਡੇ ਨਾਲ ਕੋਈ ਤਮੰਨਾ ਰੱਖਦਾ ਉਹਦੀ ਮੀਰੀ ਗਰੀਬੀ ਨਾ ਵੇਖੋ ਉਹਦਾ ਪੈਸਾ ਨਾ ਵੇਖੋ ਜਿਹੜਾ ਤੁਹਾਡੇ ਨਾਲ ਦਿਲੋਂ ਜੁੜਿਆ ਨਾ ਉਹ ਦਿਲੋਂ ਹੀ ਕਰੋ ਇਹ ਜ਼ਰੂਰ ਹੋਣਾ ਚਾਹੀਦਾ ਕਿਉਂ ਕਬੂਤਰਬਾਜੀ ਜਿਵੇਂ ਜਿਵੇਂ ਉੱਚੀ ਆਈ ਇਹਦੇ ਚ ਪੈਸਾ ਆਇਆ ਤੇ ਚਲੋ ਆਪਾਂ ਕਿਸੇ ਦਾ ਜ਼ਿਕਰ ਨਹੀਂ ਕਰਦੇ ਆਪਾਂ ਸਿਰਫ ਹੱਕ ਤੇ ਰੱਖਦੇ ਤੇ ਇਹਦੇ ਕਰਕੇ ਜਦੋਂ ਤੁਸੀਂ ਆਪਾਂ ਕਿਸੇ ਦਾ ਗਲਤ ਫਾਇਦਾ ਚੱਕਾਂਗੇ ਬਈ ਲੋਕ ਮਾੜਾ ਚੰਗਾ ਵੀ ਬੋਲਦੇ ਤੇ ਸੁਣਨਾ ਵੀ ਪੈਂਦਾ ਤੁਸੀਂ ਕੰਮ ਪਹਿਲਾਂ ਹੀ ਉਹ ਕਰੋ ਸੋਚ ਕੇ ਜਿਹਦੇ ਚ ਕੱਲ ਨੂੰ ਤੁਹਾਨੂੰ ਕੋਈ ਨਿੰਦੇ ਨਾ ਪਰ ਹਮੇਸ਼ਾ ਸੱਜਣ ਸਲਾਹੁੰਦੇ ਹੁੰਦੇ ਆ ਤੇ ਵਿਰੋਧੀ ਨਿੰਦੇ ਹੁੰਦੇ ਉਹ ਤਾਂ ਚੱਲਦਾ ਹੀ ਰਹਿੰਦਾ ਪਰ ਆਪਦੇ ਦਿਲ ਨੂੰ ਸਾਫ਼ ਰੱਖੋ ਬਾਈ ਆਪਾਂ ਬੜੇ ਭੁੱਲਰ ਹੀ ਬੈਠੇ ਆ ਬਾਬਾ ਜੀ ਪੁੰਨੂ ਭੁੱਲਰ ਦੇ ਪਿੰਡ ਮਸ਼ਹੂਰ ਹੈ ਭੁੱਲਰ ਜੇ ਮਸ਼ਹੂਰ ਹੈ ਤਾਂ ਬਾਬਾ ਜੀ ਕਰਕੇ ਕਬੂਤਰਬਾਜੀ ਖਾਸ ਕਰਕੇ ਤੁਸੀਂ ਛੱਡੀਆਂ ਉਹਨਾਂ ਨਾਲ ਬਾਜੀਆਂ ਹਾਂ ਐ ਨਹੀਂ ਛੱਡੀਆਂ ਮੇਰੇ ਚਾਚੇ ਨੇ ਛੱਡੀ ਸੀਗੀ ਉਹਦੇ ਨਾਲ ਬਾਬੀਆਂ ਬਾਜੀ ਜੀ ਤੇ ਉਹ ਚਾਚਾ ਸਾਡਾ ਉਹਦੇ ਸੀ ਉਹਨੇ ਪੁੰਨੂ ਨੇ ਨਾ ਸਦੋਂ ਖਵਾ ਤੀ ਥੱਲੇ ਤੇ ਕੱਦਾ ਪਾਣੀ ਦੇ ਕੇ ਛੱਡਤਾ ਕਬੂਤਰ ਜੀ ਸਾਡੇ ਚਾਚੇ ਨੇ ਵੀ ਰੀਸ ਕਰੀ ਉਹਨੇ ਸਰੋਂ ਦਿੱਤੀ ਇੰਨੀ ਸਾਰੀ ਉਹ 9 ਵਜੇ ਛੱਪੜ ਚ ਬਹਿਣ ਆ ਗਈ ਮੇਰਾ ਤਾਂ ਹਟ ਗਿਆ ਮੈਂ ਫੜ ਲੈਣ ਜ਼ਿਆਦਾ ਫੜ ਲਿਆ ਸੀਗਾ ਉਹ ਪੁੰਨੂ ਨੇ ਸਰੋਂ ਖਲਾਰ ਦੀ ਉਹਨੇ ਉਨੀ ਸਰੋਂ ਦੇ ਵਿੱਚ ਤੁਸੀਂ ਕਦੇ ਉਹਨਾਂ ਤੋਂ ਵੀ ਚਾਚੇ ਨੇ ਐ ਕੀਤੀ ਸੀ ਕਦੇ ਕਿਸੇ ਨਾਲ ਕੀਤੀ ਹੈ ਨਹੀਂ ਮੈਂ ਆਪਾਂ ਨਹੀਂ ਇੱਕ ਥਾਂ ਮੈਨੂੰ ਯਾਦ ਹੈ ਆਪਾਂ ਬਾਜੀ ਛੱਡੀ ਸੀਗੀ ਦਿਉਣ ਪਿੰਡ ਹਾਂਜੀ ਹਾਂ ਉੱਥੇ ਕੀਪਾ ਮਲੋਟ ਵਾਲਾ ਵੀ ਨਾਲ ਸੀ ਹਾਂਜੀ ਹਾਂਜੀ ਸਵਰਾਜ ਸੀ ਆਲਮ ਵਾਲੇ ਵਾਲਾ ਦੋ ਦੋ ਤੁਸੀਂ ਬਦਾਮ ਕੁਛ ਕਣਕ ਦੇ ਦਾਣੇ ਸੀ ਸ਼ਾਇਦ ਉਹ 2018 ਭਾਦੋਂ ਦੀ ਬਾਜੀ ਸੀ ਠੀਕ ਹੈ ਉੱਥੇ ਤੁਸੀਂ ਬਦਾਮ ਦੇਈ ਜਾਂਦੇ ਹੋ ਤੁਸੀਂ ਆਵਾਜ਼ ਮਾਰੀ ਹੈ
ਪਰੇ ਬਠਿੰਡੇ ਤੋਂ ਪਰੇ ਦੇ ਖਿਡਾਰੀ ਸੀ, ਮੈਂ ਨਾ ਭੁੱਲ ਗਿਆ। ਤੁਸੀਂ ਕਿਹਾ ਵੀ ਆਹ ਵੇਖੋ ਅਸੀਂ ਬਦਾਮ ਦਿੰਦੇ ਹਾਂ ਨਾਲੇ ਦਿੰਦੇ ਹਾਂ ਕਣਕ। ਤੋ ਖਿਡਾਰੀ ਬੋਲਿਆ ਸੀ ਤੁਹਾਨੂੰ, ਸ਼ਾਇਦ ਤੁਹਾਨੂੰ ਨਾ ਯਾਦ ਹੋਵੇ ਵੀ ਨਾ ਨਾ ਲੁੱਚਾ ਬਹੁਤ ਅਜੰਟਾ, ਇਹ ਆਪਾਂ ਨੂੰ ਕਹਿੰਦਾ ਬਦਾਮ ਦਿੰਦਾ ਦੇਣੇ ਨੀ ਇਹਨੇ, ਤੇ ਤੁਸੀਂ ਉਹਨਾਂ ਦੇ ਸਾਹਮਣੇ ਬਦਾਮ ਦੇ ਕੇ ਨਲਕੀ ਪਾਣੀ ਦੀ ਦਿੱਤੀ ਸੀ। ਹਾਂ ਹਾਂ, ਮੈਂ ਬਦਾਮ ਦੇ ਕੇ ਛੱਡਦਾ ਪਹਿਲਾਂ ਜੀ। ਹਾਂਜੀ, ਕਬੂਤਰੀ ਬਾਲੇ ਕਰੜੇ ਸੀ ਜੀ, ਮੈਂ ਬਾਈ ਛੱਡਿਆ ਫੱਤੇ ਗਿਰੇ ਜੀ, ਪੈਂਚਾ ਤੂੰ ਬਦਾਮ ਨਹੀਂ ਦਿੱਤੇ, ਮੈਂ ਹਲਵੇ ਚ ਬਹਿ ਜਾ ਬਿੰਦ ਕੋ। 7 ਵਜੇ ਪਾਇਆ ਮੈਂ ਤੇ ਮੀਰਾ ਆਪਣੇ ਵੱਡੀ ਬਾਈ ਜੀ ਪਾਉਂਦੇ, ਉਹ ਮੈਂ ਪਾਇਆ ਜੋ ਕਬੂਤਰ 7:30 ਬੈਠਾ ਤੇ ਪੈਂਚ ਨੂੰ ਮੈਂ ਲੈ ਵੇਖ, ਪੈਂਚ ਦੇ ਹੈ ਜੀ 3 ਬਦਾਮ ਪਏ ਅੰਦਰ ਜੀ, ਹਾੜ ਦੀ ਬਾਜੀ ਦੀ ਲੱਕੀ ਹਾੜ ਦੀ ਜੀ। ਉਹ ਕਬੂਤਰ ਵੀ ਮੇਰੇ ਬਦਾਮ ਲੈ ਕੇ ਉੱਡਦੇ ਸੀ ਉਹਨਾਂ ਟਾਈਮਾਂ ਚ ਜੀ, ਬਦਾਮ ਦੇ ਕੇ ਛੱਡਦਾ ਸੀ, ਉਹ ਨੀ ਲੁਕੋ ਕੇ ਨੇੜੇ ਸਾਹਮਣੇ ਦੇ ਦਿੰਦਾ ਮੈਂ ਬਾਜ, ਤੂੰ ਉਹਨਾਂ ਦੇ ਆਉਣ ਦਿੱਤੇ ਸਾਹਮਣੇ ਪਾ ਕੇ ਛੱਡਣੇ। ਆ ਵੀ ਮੁੰਡਿਆ ਤੂੰ ਵੀ ਆ ਗਾ, ਕਿਹੜਾ ਕਬੂਤਰ ਸੰਭਾਲਦਾ। ਤੇ ਫਿਰ ਜੀ ਆਪਣੇ ਇਹ ਗੱਲ ਤੁਸੀਂ ਵੀ ਸੰਭਾਲਦੇ ਹੋ ਜੀ, ਰਿਸ਼ਤੇਦਾਰੀ ਆਪਣਾ ਕਿਹੜੇ ਪਿੰਡੋਂ ਬਾਈ? ਸਮਾਗਾਂ ਦੇ, ਸਮਾਗ ਮੋੜਾਂ ਦੇ ਨੇੜੇ, ਨਵੀਂ ਸ਼ੁਰੂਆਤ। ਥੋੜੀ ਜੀ ਦੋਸਤੋ ਨੌਲੇਜ ਵਾਲੇ ਕਬੂਤਰਾਂ ਬਾਰੇ ਘੱਟ ਆ, ਘੋੜੀਆਂ ਬਾਰੇ ਵੀ ਕਰਾਂਗੇ ਗੱਲਾਂ, ਕਿਉਂਕਿ ਘੋੜੀਆਂ ਤਾਂ ਮੈਨੂੰ ਲੱਗਦਾ ਵੀ ਧੂੜਾਂ ਪਾਟੀ ਹੈ। ਦਿਖਾਵਾਂਗੇ ਤੁਹਾਨੂੰ ਇੱਥੋਂ ਸਟਾਰਟ ਹੁੰਦਾ ਹੈ ਤੇ ਪਿੰਡ ਦਾ ਕਹਿੰਦੇ ਘੇਰਾ ਹੀ ਆ ਜਾਂਦਾ ਘੋੜੀਆਂ ਵਾਲਾ ਜਿਹੜਾ ਬਣਾਇਆ ਡੰਗਾ। ਤੇ ਕਿਹੜੇ ਕਬੂਤਰਾਂ ਚੋਂ ਬਾਈ ਜੀ ਦਿੱਤੇ ਆਪਾਂ ਕਬੂਤਰ? ਇਹ ਬਾਈ ਜੀ ਸਾਡੇ ਕੋਲ ਨਾ ਰਾਣੇ ਮੌੜ ਵਾਲੇ ਕਬੂਤਰ। ਬੱਲੇ ਬੱਲੇ ਉਹਨਾਂ ਚ ਜੀ, ਉਹਨਾਂ ਕੋਲ ਤਾਂ ਪੰਨੂ ਵਾਲੇ ਕਬੂਤਰ ਆ, ਬਾਬੇ ਮੀਰਾ ਵਾਲੇ। ਹਾਂਜੀ ਹਾਂਜੀ, ਉਹਨਾਂ ਉਹਨਾਂ ਨਾਲ ਜੁੜਿਆ ਜੀ ਜੀ, ਮੀਆਂ ਬੱਚਿਆਂ ਸਾਥ ਤੇ ਉਹਨਾਂ ਵਾਲੇ ਦਿੱਤੇ ਜੀ। ਬਾਈ ਕੀ ਹਿਸਟਰੀ ਆ ਜਿਹੜੇ ਮੀਰਾ ਵਾਲੇ ਕਬੂਤਰ ਸੀ? ਮੀਰਾ ਵਾਲੇ ਨਿਕਲਦੇ ਬਹੁਤ ਘੱਟ ਸੀ ਜੀ, ਸਾਡੇ ਨਿਕਲਦੇ ਸੀਗੇ, ਫਿਰ ਉਹ ਅਸੀਂ ਉਧਰੋਂ ਲਿਆ ਕੇ ਉਹ ਮੈਥੋਂ ਲੈ ਗਿਆ, ਮੇਰੇ ਨਾਨਕੇ ਮਾਮਾ ਹੀ ਲੱਗਦਾ ਜੀ ਜੀ ਜੀ, ਉਹ ਤੋਂ ਮੈਂ ਲਿਆ ਸੀ, ਫਿਰ ਨਿਕਲਣੋਂ ਹਟ ਗਈ, ਬਹੁਤ ਚੰਗੇ ਉੱਡਣ ਲੱਗ ਗਏ ਸੀਗੇ। ਜਦ ਬਾਈ ਜੀ ਦੀ ਗੱਲ ਕਰਦਾ ਮੌੜਾਂ ਵਾਲਾ ਬਹੁਤ ਹੀ ਸੋਹਣੇ ਰਿਕ ਪੁੱਤਰਾਣੇ ਮੈਨੂੰ ਬਹੁਤ ਲੱਗੇ ਜ਼ਿਆਦਾ, ਕੱਲ ਵੀ ਆਖੀਏ ਵੀ ਤੇਤੋਂ ਬਹੁਤ ਲੱਗੇ ਬਾਜੀ ਦੇ ਇਕੱਠੇ ਸਾਰੀ ਗੱਲ, ਜਾਂ ਤੁਹਾਡੇ ਵਾਲੇ ਉਹਨਾਂ ਕੋਲੇ ਜਾਂ ਮੀਰਾ ਵਾਲੇ ਜ਼ਿਆਦਾ ਇਹ ਕਬੂਤਰ ਜ਼ਿਆਦਾ ਹੈ ਨਾ। ਕਹਿੰਦੇ ਵੀ ਪਿਓਰ ਜੇ ਮੀਰਾ ਕਬੂਤਰ ਬੈਠੇ ਤਾਂ ਸਿਰਫ ਮੌੜੀ ਬੈਠੀ ਹੈ। ਹਾਂ ਹਾਂ, ਤੁਹਾਡੀ ਨਿਗਾਹ ਚ ਹੈ ਕਿਤੇ ਹੋਰ? ਜ਼ਿਆਦਾ ਉੱਥੇ ਹੀ ਆਪਾਂ ਤਾਂ ਮੌੜੀ। ਹਾਂ ਜੀ, ਪੁਰਾਣੇ ਕੋਲੇ ਦੂਜਾ ਮੁੰਡਾ ਬਿੰਦਰ ਆ ਉਹਦੇ ਕੋਲੇ ਉੱਥੇ ਲੱਗਦੇ ਆ, ਸੋਹਣਾ ਮੌੜ ਕਰ। ਖੁਸ਼ੀ ਹੁੰਦੀ ਹੈ ਦੋਸਤੋ, ਇੱਕ ਵਾਰੀ ਵਡਿਆਈ ਨਹੀਂ ਕਰਨੀ ਚਾਹੀਦੀ ਆਪ ਵੀ ਕਦੇ। ਚਲੋ ਗੱਲ ਚੱਲ ਪਈ ਬਾਈ ਦੇ ਕਬੂਤਰਾਂ ਦੀ, ਤੇ ਅਸੀਂ ਕਿੰਗਰੇ ਬਾਜੀ ਛੱਡੀ ਸੀ, ਕਿੰਗਰਿਆਂ ਤੋਂ ਬਾਅਦ ਬਾਈ ਨੂੰ ਮੈਂ ਸਨਮਾਨਿਤ ਕੀਤਾ ਸੀ ਪਿੰਡ ਆਲਮਾਲੇ, ਤੇ ਸੋਹਣਾ ਮੌੜ ਵੀ ਆਇਆ ਸੀ ਉੱਥੇ। ਬਾਈ ਮੇਰਾ ਮੋਢਾ ਫੜ ਕੇ ਨਾ, ਮੈਂ ਛੋਟਾ ਜਿਹਾ ਸੀ ਤੇ ਸੋਹਣੇ ਮੌੜ ਮੂਹਰੇ ਮੈਨੂੰ ਕਰਿਆ ਮੁੰਡਾ ਜਿਹਦਾ ਉੱਥੇ ਕਬੂਤਰ ਉੱਡਿਆ ਸੀ, ਬਾਲਾ ਉੱਡਿਆ, ਯਾਦ ਆ ਬਾਈ ਤੁਹਾਨੂੰ? ਯਾਦ ਆ ਕਿੰਗਰੀ ਮੋਟਰਸਾਈਕਲ ਦੇ ਪੈਸੇ ਉੱਡਾ ਕਬੂਤਰ ਉਹ। ਜੀ ਜੀ, ਉਹ ਬੜੀ ਨਹੀਂ ਕਿੰਗਰੀ ਮੋਟਰਸਾਈਕਲ ਵਾਲੀ ਤਾਂ ਹੁਣ ਦੀ ਗੱਲ ਆ ਜੀ, ਉਹ ਬੜੀ ਪੁਰਾਣੀ ਪੁਰਾਣੀ ਗੱਲ, ਮੋਟਰਸਾਈਕਲ ਪਿੱਛੇ ਜੇ ਬੜੀ ਮੈਨੂੰ ਖੁਸ਼ੀ ਹੋਈ ਸੀ ਉਦੋਂ ਜਦੋਂ ਬਾਈ ਮੋਢਾ ਫੜ ਕੇ ਵਾਰੀ ਵਾਰੀ ਮੈਂ ਕੱਪ ਕੋਈ ਨਹੀਂ ਦਿੰਦਾ, ਤੁਸੀਂ ਦਿੱਤਾ ਮੈਨੂੰ ਵੀ ਤੂੰ ਬਾਜੀਆਂ ਬਾਲੀਆਂ ਛਡਾਉਣਾ ਪਿੰਡ। ਹਾਂਜੀ ਹਾਂਜੀ ਹਾਂਜੀ, ਕੱਪ ਹਜੇ ਵੀ ਪੜ ਲਈਦਾ ਤੁਹਾਡਾ ਨਾਮ। ਹਾਂ ਹਾਂ, ਉਹ ਬਾਈ ਨੂੰ ਜੋ 25ਵੀਂ ਬਾਜੀ ਸੀ ਉਹ ਆਲਮਾਲੇ ਦੀ 25ਵੀਂ ਬਾਜੀ ਤੇ ਬਾਈ ਨੂੰ ਸਨਮਾਨਿਤ ਕੀਤਾ ਸੀ, ਬਾਈ ਬਾਜੀਆਂ ਕਰਾਉਂਦਾ ਪਿੰਡ। ਮੈਂ 40 ਸਾਲ ਲਗਾਤਾਰ ਬਾਜੀ ਕਰਾਈ ਗਈ ਜੀ ਪਿੰਡ, ਉਦੋਂ ਬਾਅਦ ਹੁਣ ਤਾਂ ਫਿਰ ਜਵਾਕ ਚੁਕ ਬਾਲੇ ਨਹੀਂ, ਆਖੇ ਲਾ ਦੇ ਛਤਰੀਆਂ ਲਾ ਲੈਂਦਾ, ਮੈਂ ਕਿਹਾ ਨਹੀਂ ਆਪਾਂ ਤਾਂ ਪੂਰਾ ਆਈਦਾ। ਜੀ ਜੀ, ਜਿਹੜੇ ਬਾਈ ਜੀ ਜੋੜੀਆਂ
ਸਿਆਣੇ ਬੰਦੇ ਕਹਿੰਦੇ ਸੀ ਨੂੰ ਜੋੜੀਆਂ ਲਾਉਣੀਆਂ ਆ ਗਈਆਂ ਕਬੂਤਰ ਉਹਦੇ ਉੱਡਦੇ ਆ। ਹਾਂਜੀ ਬਾਈ ਇਹ ਵਾਕਈ ਗੱਲ ਸੱਚੀ ਹੈਗੀ ਆ ਬਾਈ, ਜੇ ਹੁਣ ਮੋਢੀ ਨਾ ਵੱਜਿਆ ਯਾਰ ਸਹੀ ਤੇ ਫਿਰ ਕਬੂਤਰ ਨੀ ਉੱਡਦੇ। ਜੀ 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 ਜਿਹਦਾ ਮੋਢੀ ਮਾੜਾ ਵੱਜ ਗਿਆ ਉਹ ਫਿਰ ਉੱਡਦੇ ਨੀ ਬਾਈ। ਜੀ ਉਹ ਚ ਬਹੁਤ ਕੋਈ ਗੱਲ ਚ ਹੈ ਸਿਖਾਇਆ ਬਾਈ ਨੇ, ਕੋਈ ਕਹਿੰਦਾ ਖੁੱਲੇ ਜੋੜਦਾ, ਕੋਈ ਕਹਿੰਦਾ ਬੰਦ ਜੋੜਦਾ, ਕੋਈ ਕਹਿੰਦਾ ਪਰਾਂ ਚ ਇਹ ਦੇਖ ਭਾਲ ਕੇ ਜੋੜੀਆਂ ਲਓ, ਵਾਕਈ ਕੋਈ ਫਰਕ ਹੈ ਨਾ ਬਾਈ? ਕੋਈ ਫਰਕ ਨੀ ਗਾ, ਅਸੀਂ ਤਾਂ ਬਾਈ ਨੂੰ ਪੁੱਛਦੇ ਹਾਂ ਆਹ ਕਬੂਤਰ ਐਂ ਉੱਡਿਆ ਬਾਈ ਆਹ ਕਬੂਤਰੀ ਆ, ਜਿਵੇਂ ਬਾਈ ਦਾ ਦੋਵੇਂ ਲਾ ਦੇਣਾ, ਅਸੀਂ ਨਾ ਖੁੱਲਾ ਜੋੜ ਵੇਖਿਆ ਨਾ ਅਸੀਂ ਬੰਦ ਵੇਖਿਆ ਜੀ, ਨਾ ਅਸੀਂ ਫਰ ਵੇਖੇ ਆ ਜੀ, ਜਿਵੇਂ ਬਾਈ ਸਾਨੂੰ ਦੱਸ ਦਿੰਦਾ ਦੋਵੇਂ ਜੋੜੇ ਲਾਉਂਦੇ ਉਵੇਂ ਸਾਡੇ ਉੱਡਦੇ, ਨਾ ਅੱਜ ਤੀਕਰ ਸਾਡਾ ਕਬੂਤਰ ਕੋਈ ਭੱਜਿਆ, ਕੋਈ ਸੌ ਜੇ ਇੱਕ ਭੱਜ ਗਿਆ ਤਾਂ ਭੱਜ ਗਿਆ, ਨਹੀਂ ਤਾਂ ਗਿਆ ਹੀ ਨਹੀਂ ਸਾਡਾ ਕਬੂਤਰ ਜੀ। ਤੇ ਬਾਕੀ ਖੀਰਲੇ ਕਬੂਤਰਾਂ 'ਚ ਆਪਣਾ ਕਬੂਤਰ ਫਿਰਦਾ ਹੁੰਦਾ ਮਗਰਲਿਆਂ 'ਚ ਜੀ, ਬਾਕੀ ਹਰ ਜਿੱਤ ਕਰਮਾਂ ਸਰੇ ਜਿੱਥੇ ਵੀ ਛੱਡਿਆ ਮਗਰਲਿਆਂ 'ਚ ਫਿਰਦਾ ਹੁੰਦਾ ਆਪਣਾ ਕਬੂਤਰ। ਇੱਕ ਸਰਦਾਰ ਗੁਰਲਾਲ ਸਿੰਘ ਜੀ ਜਿਹੜਾ ਬੰਦਾ ਰੱਖਿਆ ਫਿਰ ਉਹਨੂੰ ਦੱਸਦਾ ਕੌਣ ਆ ਜੀ, ਐਵੇਂ ਡਾਉਣਾ ਇੰਨੇ ਬਦਾਮ ਦੇਣੇ ਆ ਜਾਂ ਆਹ ਸਾਂਭਣਾ? ਤਾਂ ਇਹ ਬੰਦਾ ਜੀ ਦੋਵਾਂ ਦੀ ਰਾਏ ਨਾਲ ਦੇਖ ਰੇਖ ਤਾਂ ਪੂਰੀ ਕਰਦੇ ਹੋਵੋਗੇ ਤੁਸੀਂ ਕੋਲੇ, ਉਹਦਾ ਹੋਰ ਕੋਈ ਕਾਰੋਬਾਰ ਨਹੀਂ, ਉਹਨੇ ਤੜਕੇ ਦਵਾਰ ਕੇ ਬਸ ਜਾਨਵਰ ਸੰਭਾਲਣੇ, ਕੱਲੇ ਜਾਨਵਰ ਸੰਭਾਲਣੇ, ਉਹਨੇ ਨਾ ਕਿਤੇ ਪਸ਼ੂ ਨੂੰ ਸੰਭਾਲਣਾ ਤੇ ਨਾ ਉਹਨੇ ਜੀ, ਕਿਉਂਕਿ ਬਿਨਾਂ ਨੌਲੇਜ ਤੋਂ ਕੋਈ ਵੀ ਹੈ ਮਗਰੋਂ ਦੇ ਹੱਥ ਜੀ ਸਾਰਾ ਕੁਝ, ਜਿਹੜੀ ਕੋਈ ਗੱਲ ਦਾ ਨਹੀਂ ਪਤਾ ਲੱਗਦਾ ਉਹ ਇਹਨਾਂ ਫੌਜੀ ਨੂੰ ਪੁੱਛਦਾ ਜੀ 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 ਬੰਦੇ ਨਾਲ ਹੀ ਕਿਹੜਾ। ਹਾਂਜੀ ਆ ਜਾ ਵੀ ਥੋੜਾ ਜਿਹਾ ਗਾਂ ਆ ਜਾ ਗੱਲਬਾਤ ਕਰਦੇ ਹਾਂ ਤੇਰੇ ਨਾਲ ਵੀ ਥੋੜੀ ਜੀ ਆਪਾਂ, ਬਸ ਇੱਥੇ ਆ ਗਿਆ ਇੱਥੇ ਇੱਥੇ ਖੜਦਾ। ਸਤਿ ਸ੍ਰੀ ਅਕਾਲ ਜੀ, ਤੇ ਕਬੂਤਰ ਸੰਭਾਲਦੇ ਹੋ ਬਾਈ ਹੋਰਿਆਂ ਦੇ? ਹਾਂਜੀ ਪਹਿਲਾਂ ਵੀ ਰੱਖੇ ਸੀ ਕਬੂਤਰ? ਹਾਂਜੀ ਘਰੇ ਵੀ ਰੱਖੇ ਹੋਏ। ਅੱਛਾ ਘਰੇ ਕਬੂਤਰ ਰੱਖੇ ਹੋਏ, ਫਿਰ ਤਾਂ ਨੌਲੇਜ ਹੈਗੀ ਆ ਕੁਛ ਆਪ ਨੂੰ ਵੀ ਆ, ਤੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਆ ਰਹੀ? ਕੋਈ ਦਿੱਕਤ ਪਰੇਸ਼ਾਨੀ ਨਹੀਂ ਜੀ, ਜਿਹੜੀ ਚੀਜ਼ ਮੰਗਾਈ ਦੀ ਉਹ ਹਾਜ਼ਰ ਹੋ ਜਾਂਦੀ ਕਬੂਤਰਾਂ ਵਾਸਤੇ ਜੀ, ਬਾਕੀ ਜੇ ਕੋਈ 19-21 ਪਰੇਸ਼ਾਨੀ ਹੁੰਦੀ ਆ ਤੇ ਬਾਈ ਫੌਜੀ ਆਸਾ ਬੁੱਟਰ ਜੀ ਤੇ ਇਧਰ ਆਪਣੇ ਬਾਈ ਗਿਲ ਸਮਾਗ ਜੀ ਇਹਨਾਂ ਨੂੰ ਪੁੱਛ ਲਈਦਾ ਜੀ ਜੀ ਜੀ। ਹੋਰ ਚਲੋ ਸ਼ੁਕਰੀਆ ਤੁਹਾਡਾ ਵੀ ਬਹੁਤ ਬਹੁਤ, ਕਬੂਤਰ ਸੰਭਾਲਦੇ ਹੋ, ਇੰਟਰੂ ਕਰਾਉਣੀ ਬਹੁਤ ਜ਼ਰੂਰੀ ਸੀ ਤੁਹਾਡੀ ਵੀ, ਠੀਕ ਹੈ ਧੰਨਵਾਦ। ਤੇ ਥੋੜਾ ਜਿਹਾ ਸ਼ੌਕ ਆਪਾਂ ਕਰਾਉਣੇ ਜੀ ਇਹਨਾਂ ਦਾ, ਜਿਹੜਾ ਚਿੜੀਆ ਘਰ ਬਣਾਇਆ ਹਨਾ, ਚਿੜੀਆ ਘਰ ਹੀ ਕਹਾਂਗੇ ਇਹਨੇ ਜਾਨਵਰ ਆ, ਥੋੜਾ ਥੋੜਾ ਸ਼ੌਕ ਕਿਉਂਕਿ ਨਾਲ ਨਾਲ ਆਪਾਂ ਗੱਲਾਂ ਬਾਤਾਂ ਵੀ ਕਰਦੇ ਹਾਂ ਜੀ, ਤੇ ਥੋੜਾ ਜਿਹਾ ਸ਼ੌਕ ਤੁਰ ਕੇ ਵੀ ਵਿਖਾਉਣੇ ਜੀ ਤੁਹਾਡਾ, ਕਿਉਂਕਿ ਕਾਫੀ ਵੱਡਾ ਬਣਾਇਆ ਤੁਸੀਂ ਫਾਰਮ।